ਜ਼ਿਲ੍ਹਾ ਐਬਟਾਬਾਦ ਹਜ਼ਾਰਾ ਡਿਵੀਜ਼ਨ ਦਾ ਸਦਰ ਮਕਾਮ ਹੈ। ਇੱਕ ਅੰਦਾਜ਼ੇ ਦੇ ਮੁਤਾਬਿਕ ਇਸ ਜ਼ਿਲ੍ਹੇ ਦੀ ਆਬਾਦੀ ਤਕਰੀਬਨ 3 ਲੱਖ ਤੱਕ ਪਹੁੰਚ ਗਈ ਹੈ। ਇਸ ਸਾਰੇ ਜ਼ਿਲ੍ਹੇ ਦਾ ਤਜਾਰਤੀ ਮਰਕਜ਼ ਐਬਟਾਬਾਦ ਸ਼ਹਿਰ ਹੈ। ਪਿਆਲੇ ਦੀ ਸ਼ਕਲ ਦਾ ਇਹ ਸੋਹਣਾ ਸ਼ਹਿਰ ਨਵੇਂ ਆਉਣ ਵਾਲਿਆਂ ਵਾਸਤੇ ਹਮੇਸ਼ਾ ਆਪਣੀਆਂ ਬਾਹਾਂ ਖੋਲ੍ਹੀ ਰੱਖਦਾ ਹੈ। ਇਹੀ ਵਜ੍ਹਾ ਕਿ ਐਬਟਾਬਾਦ ਵਿੱਚ ਪਾਕਿਸਤਾਨ ਦੇ ਹਰ ਇਲਾਕੇ ਦੇ ਲੋਕ ਵਸਦੇ ਨੇ। ਐਬਟਾਬਾਦ ਸ਼ਹਿਰ ਦਾ ਕਦੀਮੀ ਬਾਜ਼ਾਰ ਅੱਜ ਵੀ ਬੜਾ ਤਜਾਰਤੀ ਮਰਕਜ਼ ਹੈ। ਇਸ ਦਾ ਸਦਰ ਬਾਜ਼ਾਰ, ਕੈਂਟ ਬਾਜ਼ਾਰ, ਮਸਜਿਦ ਬਾਜ਼ਾਰ, ਸਿਰਾਫਾ ਬਾਜ਼ਾਰ, ਰਈਸ ਖਾਨਾ ਬਾਜ਼ਾਰ, ਲੋਹਾਰ ਗਲੀ, ਕਚਹਿਰੀ ਰੋਡ, ਗੋਲ ਮਾਰਕੀਟ, ਮੈਨ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ ਅਤੇ ਮੋਤੀ ਬਾਜ਼ਾਰ ਹਰ ਵੇਲੇ ਖਰੀਦਦਾਰਾਂ ਨਾਲ ਭਰੇ ਰਹਿੰਦੇ ਨੇ। ਐਬਟਾਬਾਦ ਸ਼ਹਿਰ ਦਾ ਨਜ਼ਾਰਾ ਆਰਚ ਫੇਰੀ ਦੇ ਟਾਕਿਆਂ ਤੋਂ ਕੀਤਾ ਜੋ ਲੱਗਦਾ ਹੈ। ਖਾਸ ਕਰ ਸ਼ਿਮਲਾ ਪਹਾੜੀ ਅਤੇ ਸਰਬੁਨ ਤੋਂ ਇਹ ਸ਼ਹਿਰ ਬੂਈ ਸੋਹਣਾ ਲੱਗਦਾ ਹੈ। ਐਬਟਾਬਾਦ ਦਾ ਕਦੀਮੀ ਸ਼ਹਿਰ, ਇਸ ਦੇ ਬਾਜ਼ਾਰ ਅਤੇ ਮੁਹੱਲੇ ਆਪਣੇ ਅੰਦਰ ਇੱਕ ਤਾਰੀਖ ਰੱਖਦੇ ਨੇ। ਇਹਨਾਂ ਮੁਹੱਲਿਆਂ ਵਿੱਚ ਮੁਖਤਲਿਫ ਇਲਾਕਿਆਂ ਤੋਂ ਆ ਕੇ ਬੱਸੇ ਦੇ ਲੋਕ ਆਪੇ ਵਿੱਚ ਪਿਆਰ ਅਤੇ ਮੁਹੱਬਤ ਨਾਲ ਰਹਿੰਦੇ ਨੇ ਅਤੇ ਹਜ਼ਾਰੇ ਦੀ ਸ਼ਨਾਖਤ ਬਣ ਗਏ ਨੇ। ਅਸਾਂ ਦੀ ਅੱਜ ਦੀ ਡੇਡੀ ਦਾ ਆਰ ਮੋਤੀ ਬਾਜ਼ਾਰ ਦੇ ਦੁਕਾਨਦਾਰਾਂ ਕੀਤਾ। ਅੱਜ ਪੇਸ਼ ਹੈ ਇਸ ਦਾ ਪਹਿਲਾ ਹਿੱਸਾ ਅਤੇ ਦੂਆ ਅਤੇ ਆਖਰੀ ਹਿੱਸਾ ਤੁਸੀਂ ਅਗਲੇ ਜੁਮਿਆਂ ਦੇ ਹੱਸੋ। ਜਦੋਂ ਅਸਾਂ ਦੀ ਟੀਮ ਸ਼ਹਿਰ ਦੇ ਅੰਦਰ ਦਾਖਲ ਹੋਈ ਅਤੇ ਉੱਥੇ ਦੇ ਦੁਕਾਨਦਾਰਾਂ ਅਸਾਂ ਦਾ ਭਰਪੂਰ ਇਸਤਕਬਾਲ ਕੀਤਾ। ਢੋਲਕੀਆਂ ਅਤੇ ਤੁਰੀਆਂ ਨਾਲ ਉਹ ਅਸਾਂ ਸਦਰ ਬਾਜ਼ਾਰ ਤੋਂ ਕਿਨ ਕੇ ਸਿਰਾਫਾ ਬਾਜ਼ਾਰ ਤੋਂ ਹੁੰਦਿਆਂ ਹੋਇਆਂ ਮੋਤੀ ਬਾਜ਼ਾਰ ਪਹੁੰਚੇ। ਰਾਏ ਵਿੱਚ ਮੌਜੂਦ ਲੋਕਾਂ ਡੇਡੀ ਟੀਮਾਂ ਹਰਕਤ ਆਖਿਆ। ਬਿਸਮ ਅੱਲਾਹ ਰਹਿਮਾਨ ਰਹੀਮ। ਅਸਲਾਮੁ ਅਲੈਕੁਮ। ਕੇ ਟੂ ਟੈਲੀਵਿਜ਼ਨ ਦਾ ਪ੍ਰੋਗਰਾਮ ਡੇਡੀ ਔਰ ਜਨਾਬ ਡੇਡੀ ਦਾ ਮੇਜ਼ਬਾਨ ਕਾਸ਼ਿਫ ਮਲਿਕ ਸਾਡੀ ਖਿਦਮਤ 'ਚ ਹਾਜ਼ਰ ਹਾਂ। ਇੱਕ ਖਾਸੇ ਅਰਸੇ ਤੋਂ ਬਾਅਦ, ਤਕਰੀਬਨ 1.5 ਮਹੀਨੇ ਤੋਂ ਬਾਅਦ ਅਸੀਂ ਫਿਰ ਆਏ ਹਾਂ ਜਨਾਬ ਬਾਹਰ, ਕਿਉਂਕਿ ਸਟੂਡੀਓ ਵਿੱਚ ਸਾਡੀ ਇੱਕ ਮਜਬੂਰੀ ਹੈ ਕਿ ਮੌਸਮ ਐਬਟਾਬਾਦ ਦਾ, ਤੁਹਾਨੂੰ ਪਤਾ ਹੈ ਕਿ ਸਿਆਲਾ ਹੈ ਔਰ ਸਿਆਲੇ ਵਿੱਚ ਬਾਹਰ ਡੇਡੀਆਂ ਕਰਨੀਆਂ ਮੁਸ਼ਕਿਲ ਹੀ ਆ। ਜਿਸ ਤਰ੍ਹਾਂ ਮੱਛੀਆਂ ਆਖਦੇ ਨਾ, ਸਮੁੰਦਰ ਦੀ ਮੱਛੀਆਂ ਖੜ ਕੇ ਕਿਸੇ ਖੂਹ 'ਤੇ ਪਾ ਛੋੜੋ ਅਤੇ ਉਹ ਕਹਿ ਦੋ ਜੁਲਦੀ ਹੈ। ਇਸੇ ਤਰ੍ਹਾਂ ਡੇਡੀ ਜਿਸ ਵੇਲੇ ਨਿਕਲੀ ਹੈ ਗਰਾਮਾਂ ਵਿੱਚੋਂ, ਬਾਕੀ ਇਲਾਕਿਆਂ ਵਿੱਚੋਂ ਨਿਕਲ ਕੇ ਅਤੇ ਸਟੂਡੀਓ ਵਿੱਚ ਚਲੀ ਗਈ ਹੈ, ਅਤੇ ਇਹੀ ਮਹਿਸੂਸ
ਹੁੰਦਾ ਆ ਕਿ ਜਿਸ ਤਰ੍ਹਾਂ ਉਹ ਮੱਛੀ ਆ ਗਈ ਖੂਹ ਵਿੱਚ ਜਾਂ ਮੱਛੀ ਆ ਗਈ ਐਕੋਰੀਅਮ ਵਿੱਚ। ਬਹਰਹਾਲ ਅੱਜ ਅਸੀਂ ਆਏ ਹਾਂ ਜਨਾਬ, ਔਰ ਸਾਡੀ ਪਹਿਲੀ ਡੇਡੀ ਔਰ ਪਹਿਲੀ ਸਾਡੀ ਆਊਟਡੋਰ ਡੇਡੀ ਜਿਹੜੀ ਹੈ ਉਹ ਸ਼ੁਰੂ ਹੋਈ ਹੈ। ਅੱਜ ਜਿਸ ਜਾਈ ਅਸੀਂ ਮੌਜੂਦ ਹਾਂ, ਡੇਡੀ ਦਾ ਸਫ਼ਰ ਜਿਸ ਵੇਲੇ ਸ਼ੁਰੂ ਹੋਇਆ, ਇਹ ਸਾਡੇ ਭਰਾ ਸਾਡੇ ਪਿੱਛੇ ਲੱਗੇ ਤੇ ਕਿ ਤੁਸੀਂ ਸਾਡੇ ਕੋਲ ਡੇਡੀ ਕਰੋ। ਲੇਕਿਨ ਅਸਾਂ ਦਾ ਰੁੱਖ ਗਰਾਵਾਂ ਦਾ ਇਸ ਵਾਸਤੇ ਜ਼ਿਆਦਾ ਆ ਕਿ ਗਰਾਵਾਂ ਦੇ ਬਾਰੇ ਵੀ ਲੋਕਾਂ ਘੱਟ ਪਤਾ ਆ, ਸ਼ਹਿਰ ਦੇ ਬਾਰੇ ਵੀ ਤਾਂ ਲੋਕਾਂ ਜ਼ਿਆਦਾਤਰ ਪਤਾ ਹੁੰਦਾ, ਲੇਕਿਨ ਸ਼ਹਿਰ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹਨ ਉਹ ਲੋਕਾਂ ਨਹੀਂ ਪਤਾ ਹੀ ਆ, ਜਿਹੜੀਆਂ ਸ਼ੁਰੂ ਵਿੱਚ ਮੈਂ ਤੁਸਾਂ ਦੱਸੀਆਂ ਉਹ ਤੁਸਾਂ ਤੱਕ ਜ਼ਰੂਰ ਪਹੁੰਚੀਆਂ ਸਨ। ਔਰ ਐਬਟਾਬਾਦ ਸ਼ਹਿਰ ਜੀ, ਐਬਟਾਬਾਦ ਸ਼ਹਿਰ ਦਾ ਇਹ ਜਿਹੜਾ ਬਾਜ਼ਾਰ ਹੈ, ਇਸ ਤਰ੍ਹਾਂ ਲੋਹਾਰ ਗਲੀ ਵੀ ਆਖਦੇ, ਨਾਲ ਮੋਤੀ ਬਾਜ਼ਾਰ ਹੈ, ਉਸ ਦੇ ਦਰਮਿਆਨ ਵਿੱਚ ਅਸੀਂ ਕੀ ਜਾਈ ਬੈਠੇ ਦੇ ਹਾਂ, ਜਾਂ ਇਸਾਂ ਇੰਦਗੋ ਵਿੱਚ ਆਹਾਂ ਅਤੇ ਉਸਦੇ ਵਿਚਕਾਰੇ ਵਿੱਚ ਇੱਕ ਬਿਲਡਿੰਗ 'ਤੇ ਅਸੀਂ ਬੈਠੇ ਦੇ ਹਾਂ। ਤਾਰੀਖੀ ਹਵਾਲਿਆਂ ਨਾਲ ਬੜਾ ਹੀ ਜ਼ਬਰਦਸਤ ਸਾਡਾ ਸ਼ਹਿਰ ਹੈ, ਔਰ ਇਸ ਸ਼ਹਿਰ ਦੇ ਬਾਰੇ ਵਿੱਚ ਔਰ ਇਸ ਦੇ ਬਾਰੇ 'ਚ ਖਾਸ ਗੱਲ ਜਿਹੜੀ ਹੈ, ਆਖਦੇ ਜਿਹੜਾ ਆਦਮੀ ਇਸ ਸ਼ਹਿਰ ਵਿੱਚ ਆਇਆ ਉਸ ਕਦੇ ਉਸ ਦੀ ਹੈਸੀਅਤ ਹੀ ਅਤੇ ਉਸ ਇੱਥੇ ਘਰ ਜ਼ਰੂਰ ਬਣਾਇਆ, ਉਹ ਇੱਥੋਂ ਮੁੜ ਕੇ ਨਹੀਂ ਗਿਆ। ਅੱਜ ਜਿਤਨੇ ਲੋਕ ਸਾਡੇ ਨਾਲ ਬੈਠੇ ਦੇ ਇਹਨਾਂ ਦੇ ਆਬਾਓ ਅਜਦਾਦ ਮੁਖਤਲਿਫ ਇਲਾਕਿਆਂ ਤੋਂ ਆਏ ਇਸ ਸ਼ਹਿਰ ਵਿੱਚ ਆ ਕੇ ਬੱਸ ਕੇ। ਡੇਡੀਓ 'ਤੇ ਇਹਨਾਂ ਦਾ ਹੱਕ ਵੀ ਆ ਕਿ ਇਸ ਸ਼ਹਿਰ ਵਿੱਚ ਲੋਕ ਰਹਿੰਦੇ ਨੇ, ਤੁਸਾਂ ਇਸ ਸ਼ਹਿਰ ਵਿੱਚ ਦੁਕਾਨਾਂ ਨਜ਼ਰ ਆਉਂਦੀਆਂ, ਲੇਕਿਨ ਇਹਨਾਂ ਦੁਕਾਨਾਂ ਪਿੱਛੇ ਇੱਕ ਹੋਰ ਦੁਨੀਆ ਆਬਾਦ ਹੈ। ਇੱਥੇ ਇੱਕ ਇੱਥੇ ਆਬਾਦੀਆਂ ਆਬਾਦ ਹਨ, ਇੱਥੇ ਮੁਹੱਲੇ ਆਬਾਦ ਹਨ, ਔਰ ਇਹਨਾਂ ਮੁਹੱਲਿਆਂ ਵਿੱਚ ਲੋਕ ਪਿਆਰੋ ਮੁਹੱਬਤ ਨਾਲ ਸਾਰੇ ਰਹਿੰਦੇ ਨੇ। ਉਹਨਾਂ ਤਾਲਕ ਕਿਸੇ ਵੀ ਇਲਾਕੇ ਨਾਲ ਹੋਵੇ, ਕਿਸੇ ਗ੍ਰਾਂ ਤੋਂ ਆਏ ਹੋਣ ਇੱਥੇ ਜਾਂ ਕਿਸੇ ਹੋਰ ਸ਼ਹਿਰ ਤੋਂ ਇੱਥੇ ਆਏ ਹੋਣ, ਲੇਕਿਨ ਉਹ ਪਿਆਰੋ ਮੁਹੱਬਤ ਨਾਲ ਰਹਿੰਦੇ ਨੇ। ਅੱਜ ਅਸੀਂ ਇੱਥੇ ਮੌਜੂਦ ਹਾਂ, ਔਰ ਇੱਥੇ ਦੇ ਜਿਹੜੇ ਵਸਨੀਕ ਹਨ ਔਰ ਇਸ ਸ਼ਹਿਰ ਦੇ ਜਿਹੜੇ ਕਾਰੋਬਾਰ ਵਾਲੇ ਲੋਕ ਹਨ, ਇਹਨਾਂ ਨਾਲ ਸਾਡੀ ਗੱਲਬਾਤ ਵੀ ਹੋ ਸੀ, ਇਹਨਾਂ ਦੇ ਕਾਰੋਬਾਰ ਦੇ ਹਵਾਲੇ ਨਾਲ, ਡੇਡੀ ਦੇ ਹਵਾਲੇ ਨਾਲ, ਔਰ ਐਬਟਾਬਾਦ ਸ਼ਹਿਰ ਦੇ ਹਵਾਲੇ ਨਾਲ ਅਸੀਂ ਗੱਲਬਾਤ ਕਰ ਸਾਂ। ਤੁਸਾਂ ਪਤਾ ਡੇਡੀ ਜ਼ਾਹਿਰ ਹੈ ਜਿਸਲੇ ਜੁਲਦੀ ਹੈ ਅਤੇ ਡੇਡੀ ਦੀ ਪੂਰੀ ਟੀਮ ਹੁੰਦੀ ਹੈ, ਸਾਡਾ ਸਵਾਤੀ ਮਾਮਾ ਅਤੇ ਜਨਾਬ ਸਾਡਾ ਭੋਲਾ ਆਰ ਪਾਏ ਦੇ ਅੱਜ ਬੈਠੇ ਦੇ ਨੇ, ਅੱਜ ਖਾਸੇ ਦਿਹਾੜਿਆਂ ਬਾਅਦ ਇਹ ਵੀ ਬਾਹਰ ਨਿਕਲੇ ਔਰ ਬੜਾ ਅੱਛਾ, ਔਰ ਸਵਾਤੀ ਮਾਮਾ ਅਤੇ ਬਜ਼ੁਰਗ ਹਨ। ਲੇਕਿਨ ਭੋਲੇ ਦੇ ਬਾਰੇ ਵਿੱਚ ਆਖਾਂ, ਤੁਸੀਂ ਜਿਹੜੇ ਜ਼ਮੀਂਦਾਰ ਲੋਕ ਹਨ, ਉਹ ਜਿਹੜਾ ਡੰਗਰ ਜਿਹੜਾ ਝੋਟਾ ਜਿਹੜੀ ਮੰਝ ਜਿਹੜੀ ਹੈ ਉਸਾਂ 4-5 ਮਹੀਨੇ ਤੁਸੀਂ ਬੰਨ ਕੇ ਰੱਖੋ ਨਾ ਕਿਲੇ ਨਾਲ ਅਤੇ ਫਿਰ ਖੋਲੋ ਅਤੇ ਉਸਦੀ ਜਿਹੜੀ ਹਾਲਤ ਹੁੰਦੀ ਹੈ ਉਹ ਸਾਡੇ ਭੋਲੇ ਦੀ ਹਾਲਤ 'ਤੇ ਬੜਾ ਨੱਚਿਆ ਅੱਜ ਅਤੇ ਬੜਾ ਖੁਸ਼ ਹੋਇਆ ਸਾਡੀ ਟੀਮ ਦਾ ਐਸਾ ਜੀ। ਔਰ ਅੱਜ ਦੀ ਚੂੰਕਿ ਅਸਾਂਦੀ ਡੇਡੀ ਪਹਿਲੀ ਹੀ ਵਾਰ, ਅਤੇ ਅਸਾਂ ਇੱਕ ਸ਼ਹਿਜ਼ਾਦਾ ਸਿੰਗਰ ਵੀ ਇੱਥੇ ਬੁਲਾਇਆ, ਉਹ ਸ਼ਹਿਜ਼ਾਦਾ ਕਿ ਜਿਹੜਾ ਆਪਣੇ ਸ਼ੋਬੇ ਵਿੱਚ ਇੱਕ ਬੜਾ ਨਾਂ ਹੈ, ਨਾ ਸਿਰਫ ਗਾਉਂਦਾ ਅੱਛਾ ਬਲਕਿ ਸ਼ਾਇਰੀ ਅੱਛੀ ਕਰਦੇ ਨੇ, ਔਰ ਸ਼ਕਲੋ ਸੂਰਤ 'ਤੇ ਮਾਸ਼ਾਅੱਲਾ ਆਈ ਸੋਹਣੀ ਹੈ। ਸ਼ਕੀਲ ਅਵਾਨ ਸਾਡੇ ਨਾਲ ਅੱਜ ਮੌਜੂਦ ਹੋ ਸਨ, ਇਹਨਾਂ ਕੋਲੋਂ ਗੀਤ ਮਾਈਏ ਤੁਸਾਂ ਸੁਣਾ ਸਾਂ। ਸ਼ਕੀਲ ਅਵਾਨ ਸਾਹਿਬ ਬੜੀ ਮਿਹਰਬਾਨੀ, ਸਾਡੀ ਕੈਮਰਾ ਟੀਮ ਜੀ, ਸਾਡੇ ਸੀਨੀਅਰ ਕੈਮਰਾਮੈਨ ਗੁਲਾਮ ਨੂਰਾਨੀ ਸਾਡੇ ਨਾਲ ਮੌਜੂਦ ਹਨ, ਅਸਲਮ ਪਰਵੇਜ਼ ਅਤੇ ਨਦੀਮ ਤਾਰਿਕ ਅਸਾਂ ਨਾਲ ਮੌਜੂਦ ਹਨ, ਰਿਕਾਰਡਿੰਗ ਇੰਜੀਨੀਅਰ ਰਾਜਾ ਫਾਹ ਅਤੇ ਸਰਮਦ ਅਲੀ ਅਜ਼ੀਮੀ ਤੁਸਾਂ ਵਾਸਤੇ ਡੇਡੀ ਤਿਆਰ ਕਰਦੇ ਨੇ, ਸਾਊਂਡ ਸਿਸਟਮ ਸਾਡੇ ਨਾਲ ਹਮੇਸ਼ਾ ਸਫ਼ਰ ਕਰਦਾ, ਅੱਜ ਵੀ ਮੌਜੂਦ ਹੈ ਜੀ ਯਾਸਿਰ ਇਸਲਾਮ ਗੁਜਰ, ਸੰਗ ਐਂਡ ਸਾਊਂਡ ਇਹਨਾਂ ਦਾ ਇਦਾਰਾ। ਇਸੀ ਤਰ੍ਹਾਂ ਜੀ ਸੈੱਟ ਅਸੈਂਬਲਰ ਜਿਹੜਾ ਅਸਾਂ ਸੈੱਟ ਤੁਸਾਂ ਲੱਗੇ ਦਾ ਦੇਖਿਆ, ਇਸ ਸੈੱਟਾਂ ਅਸੈਂਬਲ ਕਰਨ ਵਾਲੇ ਤਾਰਿਕ ਅਜੂਬ, ਔਰ ਇਸ ਵਿੱਚ ਸਾਡੇ ਪ੍ਰੋਡਿਊਸਰ ਦੀ ਸੋਚ ਜਿਹੜੀ ਹੈ ਉਹਨਾਂ ਦੀ ਮਦਦ ਇਸ ਵਿੱਚ ਸ਼ਾਮਿਲ ਹੁੰਦੀ ਹੈ, ਔਰ ਸਾਡੀ ਟੀਮ ਸਾਰੀਆਂ ਅਸਿਸਟ ਕਰਦੇ ਨੇ, ਸਾਡੇ ਪ੍ਰੋਗਰਾਮ ਅਸਿਸਟੈਂਟ ਰਿਜ਼ਵਾਨ ਕੁਰੇਸ਼ੀ ਸਾਡੇ ਨਾਲ ਮੌਜੂਦ ਹਨ ਇੱਥੇ, ਸਾਡੀ ਮਾਰਕੀਟਿੰਗ ਟੀਮ ਜਨਾਬ ਜ਼ਬਰਦਸਤ ਕਿਸਮ ਦੀ ਮਾਰਕੀਟਿੰਗ ਟੀਮ, ਔਰ ਬਹੁਤ ਸਾਰੇ ਸਾਡੇ ਦੋਸਤ ਹਨ, ਉਹਨਾਂ ਦੇ ਨਾਂ ਤੁਸਾਂ ਤਫਸੀਲ ਵਿੱਚ ਬਿਲਕੁਲ ਨਜ਼ਰ ਆ ਸਨ, ਔਰ ਅਸਾਂ ਦੀ ਸਾਰੀ ਇਸ ਟੀਮ ਦੀ ਜਿਹੜੀ ਕਪਤਾਨੀ ਹੁੰਦੀ ਹੈ ਉਹ ਸ਼ਬੀਰ ਖਾਨ ਸਵਾਤੀ ਕੋਲ ਹੁੰਦੀ ਹੈ, ਸਾਡੇ ਪ੍ਰੋਡਿਊਸਰ ਸਾਡੀ ਇਸ ਟੀਮ ਦੇ ਕਪਤਾਨ, ਔਰ ਜਨਾਬ ਉਹਨਾਂ ਦੀ ਮਿਹਨਤ ਤੁਸਾਂ ਡੇਡੀ 'ਤੇ ਨਜ਼ਰ ਆਉਂਦੀ ਹੈ। ਸਵਾਤੀ ਮਾਮਾ ਕੀ ਹਾਲ ਹੈ? ਪਹਿਲ ਜੀ ਮੈਂ ਸਵਾਤੀ ਮਾਮਾ ਨਾਲ ਗੱਲ ਕਰਨਾ ਭੋਲਿਆ, ਦੇਖ ਕੱਲ ਬਾਰਿਸ਼ ਹੀ ਗਿਆ, ਅੱਜ ਧੁੱਪ ਲੱਗੀ ਦੀ ਆ। ਸਾਰਿਆਂ ਕੋਲੋਂ ਪਹਿਲੇ ਅਸਾਂ ਨੇ ਸ਼ੁਕਰੀਆ ਅਦਾ ਕਰਨਾ ਇਹਨਾਂ ਐਬਟਾਬਾਦ ਮੋਤੀ ਬਾਜ਼ਾਰ ਵਾਲਿਆਂ ਭਰਾਵਾਂ ਦਾ, ਤਸ਼ਫੀਨ ਸਾਹਿਬ ਹੋਣਾ ਦਾ। ਇਹਨਾਂ ਨੇ ਅਸਾਂ ਅੱਜ ਫਿਰ ਬੜੇ ਸੋਹਣੇ ਮਾਹੌਲ ਵਿੱਚ ਕੱਢ ਕੇ ਡੇਡੀ ਕੀਤੀ ਹੈ, ਮਲਕ ਸਾਹਿਬ ਨੇ ਬੜੀ ਸੋਹਣੀ ਗੱਲਬਾਤ ਕੀਤੀ,
ਇਹ ਜਿਹੜੀ ਪ੍ਰੋਗਰਾਮ ਜਨਾਬ ਇਸ ਜ਼ਿੰਦਗੀ ਦੇ ਹਰ ਸ਼ੋਭੇ ਨਾਲ ਤਾਲੁਕ ਰੱਖਣ ਵਾਲੇ ਲੋਕ ਇਸ ਵਿੱਚ ਦਿਲਚਸਪੀ ਕਹਿੰਦੇ ਜੀ, ਬੜੇ ਬੜੇ ਪੜ੍ਹੇ ਲਿਖੇ ਲੋਕ, ਈਵਨ ਕਿੱਥੇ ਤੱਕ ਪਤਾ ਲੱਗਿਆ ਕਿ ਬੜੇ ਮੋਹਤਰਮ ਜੱਜਸ ਸਾਹਿਬ ਮਲਕ ਸਾਹਿਬ ਤੁਹਾਡੀ ਡੇਡੀ ਦੇਖਦੇ ਨੇ, ਵਕਾਲਾ ਡੇਡੀ ਦੇਖਦੇ ਨੇ, ਤੋਲਾਬਾਦ ਦੇਖਦੇ ਨੇ, ਕਿਸਾਨ ਮਜ਼ਦੂਰ ਦੁਨੀਆ ਦੇ ਸਵਾਲ, ਔਰ ਇਹ ਕਾਰੋਬਾਰੀ ਤਬਕਾ ਜਿਹੜਾ ਐਬਟਾਬਾਦ ਦਾ ਮਲਕ ਸਾਹਿਬ, ਅਸੀਂ ਬਾਜ਼ਾਰੇ ਚੋਂ ਲੰਘ ਕੇ ਆਏ ਹਾਂ, ਦੁਕਾਨਦਾਰ ਆਪਣੀਆਂ ਦੁਕਾਨਾਂ ਛੋੜ ਕੇ ਉਹਨਾਂ ਨੇ ਇਸਤਕਬਾਲ ਕੀਤਾ, ਉਹਨਾਂ ਮਿਲਣ 'ਤੇ ਅਸਾਂ ਵੀ ਜ਼ਰਾ ਆਕਸੀਜਨ ਮਿਲੀ ਹੈ, ਅਸੀਂ ਖੁਸ਼ ਹੋਏ ਹਾਂ ਕਿ ਸਾਡੀ ਮਿਹਨਤ ਜਿਹੜੀ ਹੈ ਉਹ ਕਿਸੇ ਟਾਇਰ ਬਣੀ ਵੀ ਲੜਦੀ। ਬਹਰਾਲ ਬੰਗ ਬੜੀ ਮਿਹਰਬਾਨੀ ਤੁਸੀਂ ਥੋੜ੍ਹੇ ਜਿਹੇ ਦੋ ਚਾਰ ਸ਼ੇਅਰ ਕਰ ਬੋਲਿਆ। ਮੈਂ ਗੱਲ ਸੁਣੋ ਜੀ, ਇਹ ਗੱਲ ਇਹ ਹੈ ਕਿ ਕਹਤੇ ਤੁਸੀਂ ਹੀ ਨਾ ਸ਼ਹਿਜ਼ਾਦਾ ਸੰਦਾਜ ਦੇ ਮਤਲਬ ਹੈ ਸ਼ਕੀ ਲਵਾਂਦਾ, ਮੈਂ ਜ਼ਿੰਦਗੀ ਵੀ ਪਹਿਲਾ ਸ਼ਹਿਜ਼ਾਦਾ ਦੇ ਜਿਹੜੇ ਥੋੜਾ ਤੂੰ ਗੰਜੇ ਨਾ ਵੀ ਕਰ ਤਾ ਗੱਲ ਕਰਦਾ। ਸ਼ਹਿਜ਼ਾਦੇ ਗੰਜੇ ਵੀ ਹੁੰਦੇ ਨੇ ਤੇ ਸ਼ਹਿਜ਼ਾਦੇ ਬਾਲਾਂ ਵਾਲੇ ਵੀ ਹੁੰਦੇ ਨੇ। ਮੈਂ ਬੜਾ ਪਰੇਸ਼ਾਨ ਹੋ ਗਿਆ। ਤੋ ਸ਼ਹਿਜ਼ਾਦਾ ਚਾਰਲਸ ਨਹੀਂ ਦੇਖਿਆ ਇੰਗਲੈਂਡ ਵਾਲਾ? ਹਾਲਾ ਬਰਤਾਨੀਆ ਦਾ ਉਹ ਤੇ ਟੋਟਲ ਗੰਜਾ ਹੋ ਗਿਆ। ਹਾਂ ਹਾਂ, ਇੱਕ ਉਮਰੀ ਵਿੱਚ ਜੁਲ ਕੇ ਸਾਰੇ ਗੰਜੇ ਹੁੰਦੇ ਨੇ ਨਾ, ਤੂੰ ਟੋਪੀ ਲਾੜ ਸ਼ਕੀਲ ਵਾਂਗ ਕੁਝ ਕਰਕੇ ਗੰਜਾ ਹੋਇਆ, ਤੂੰ ਐਵੇਂ ਹੀ ਗੰਜਾ ਹੋ ਗਿਆ। ਅੱਛਾ ਜੀ, ਇਹ ਗੁਜ਼ਾਰਿਸ਼ ਕਰਨਾ ਥੋੜ੍ਹੇ ਜਿਹੇ ਦੋ ਚਾਰ ਸ਼ੇਅਰ ਲਿਖੇ ਨੇ ਆਪਣੇ ਡੇਡੀ ਵਾਲਿਆਂ ਭਰਾਵਾਂ ਦੇ ਔਰ ਨਾਜ਼ਰੀਨ ਦੀ ਨਜ਼ਰ ਕਰਨੇ ਆ ਕਿ ਸ਼ਹਿਰ ਐਬਟਾਬਾਦ ਦਾ ਮੋਤੀ ਬਾਜ਼ਾਰ, ਸ਼ਹਿਰ ਐਬਟਾਬਾਦ ਦਾ ਮੋਤੀ ਬਾਜ਼ਾਰ ਹੈ, ਡੇਡੀ ਵਿੱਚ ਇੰਦਕੋ ਹਜ਼ਾਰੇ ਦੀ ਬਹਾਰ ਹੈ ਤੇ ਸ਼ਹਿਰ ਐਬਟਾਬਾਦ ਦੀਆਂ ਰੌਣਕਾਂ ਵਿੱਚ ਰਹਿੰਦਾ ਹੈ ਸਾਡਾ ਤਾਸ਼ਫੀਨ ਹੈਦਰ, ਯਾਰਾਂ ਦਾ ਯਾਰ ਹੈ ਤੇ ਅੱਗੇ ਰਜੇ ਜੀ, ਹਜ਼ਾਰੇ ਦੇ ਹਰ ਕੋਨੇ ਡੇਡੀ ਸਜਾਈਏ, ਅੱਜ ਫਿਰ ਤਾਜ਼ੀ ਹੋ ਕੇ ਤੁਸਾਂ ਕੋਲ ਆਈਏ, ਫਿਰ ਤਾਜ਼ੀ ਹੋ ਕੇ ਤੁਸਾਂ ਕੋਲ ਆਈਏ। ਅੱਲਾ ਦਾ ਫਜ਼ਲ ਹੈ, ਅੱਲਾ ਦਾ ਫਜ਼ਲ ਹੈ, ਕਿਸ ਸ਼ਹੀਦ ਦੀ ਥੋੜ੍ਹ ਹੈ, ਪਰ ਤੁਸਾਂ ਨੇ ਆ ਪਿਆਰ ਤੇ ਮੁਹੱਬਤਾਂ ਦੀ ਲੋੜ ਹੈ। ਤੇ ਅੱਗੇ ਜਨਾਬ ਅਰਜ਼ ਕਰਨੇ ਆ ਕਿ ਆਪਣੇ ਸ਼ਹਿਰਾਂ ਸੁਥਰਾ ਰੱਖੋ ਤੇ ਆਪ ਵੀ ਰਹੋ ਸਾਫ ਤੇ ਅੱਛੀਆਂ ਸਿਫਤਾਂ ਹੋਈਆਂ ਕਦੇ ਤੇ ਅੱਲਾ ਕਰਸੀਏ ਮਾਫ ਤੇ ਡੇਡੀ ਨੱਚਦੀ ਗਾਉਂਦੀ ਆਈਏ, ਕਹਿ ਜੇ ਸੋਹਣੇ ਵੇਲੇ ਨੇ ਮੋਤੀ ਬਾਜ਼ਾਰ ਦੇ ਛੱਤੇ ਉੱਤੇ ਖੁਸ਼ੀਆਂ ਦੇ ਅੱਜ ਮੇਲੇ ਨੇ ਤੇ ਕੱਲ ਐਬਟਾਬਾਦ ਹੋ ਰਿਹਾ ਤੇ ਅੱਜ ਦਾ ਸੰਗਿਓ ਹੋ ਰਹੇ, ਸੜਕਾਂ ਨਿੱਕੀਆਂ ਪੈ ਗਈਆਂ ਤੇ ਗੱਡੀਆਂ ਦਾ ਬੰਗ ਜ਼ੋਰ ਹੈ ਤੇ ਦੂਰੋਂ ਦੂਰੋਂ ਆ ਕੇ ਲੋਕਾਂ ਇੱਥੇ ਘਰ ਬਣਾਏ ਨੇ, ਸਾਡਿਆਂ ਲੋਕਾਂ ਭਰਾ ਬਣਾ ਕੇ ਸੀਨੇ ਦੇ ਨਾਲ ਲਾਏ ਨੇ ਤੇ ਸਿਆਣਿਆਂ ਲੋਕਾਂ ਇੱਥੇ ਰਹਿ ਕੇ ਬੱਚੇ ਖੂਬ ਪੜ੍ਹਾਏ ਨੇ, ਪੜ੍ਹਨੇ ਵਾਲਿਆਂ ਬੱਚਿਆਂ ਨੇ ਫਿਰ ਸਾਡੇ ਮਾਣ ਵਧਾਏ ਨੇ ਤੇ ਡੇਡੀ ਨਾਲ ਮੁਹੱਬਤ ਕਰਦੇ ਨੇ ਸਾਰੇ ਹਜ਼ਾਰੇ ਵਾਲ, ਜਿਹੜਾ ਮਿਲਦਾ ਉਹ ਆਖਦਾ ਮਾਂ ਵੀ ਖੜੋ ਨਾਲ, ਜਿਹੜਾ ਮਿਲਦਾ ਉਹ ਆਖਦਾ ਮਾਂ ਵੀ ਖੜੋ ਨਾਲ ਤੇ ਸੂਦੀਆਂ ਵਿੱਚੋਂ ਆ ਕੇ ਲੋਕ ਡੇਡੀ ਇੱਥੇ ਕਰਾਉਂਦੇ ਨੇ ਆਪਣੀ ਡੈਡੀ ਦੇਖਣੇ, ਐਸੇ ਫਿਰ ਉਹ ਮੁੜ ਕੇ ਜਾਂਦੇ ਨੇ ਤੇ ਇਸ ਤੋਂ ਇਹ ਸਾਬਤ ਹੁੰਦਾ ਹੈ ਸੋਹਣਾ ਇਹ ਪ੍ਰੋਗਰਾਮ ਹੈ, ਹਫ਼ਤੇ ਵਾਲੇ ਦਿਹਾੜੇ ਵੀ ਇਹ ਚੱਲਦਾ ਸੁਬਾਹ ਸ਼ਾਮ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਔਰ ਜਿਹਨਾਂ ਜਨਾਬ ਅੱਜ ਦੀ ਡੇਡੀ ਦਾ ਆਰ ਕੀਤਾ ਅਸੀਂ ਉਹਨਾਂ ਦਾ ਜੁਲਨੇ ਹਾਂ, ਔਰ ਤੁਸਾਂ ਮਹਿਸੂਸ ਹੁੰਦਾ ਸੀ ਨਾਜ਼ਰੀਨ ਕੁਝ ਸਾਡੀ ਆਵਾਜ਼ ਬਿਲਕੁਲ ਥੋੜ੍ਹਾ ਜਿਹਾ ਮਹਿਸੂਸ ਹੁੰਦਾ ਸੀ, ਅਸੀਂ ਉੱਚੀ ਜਾਈ ਮੌਜੂਦ ਹਾਂ, ਚੰਗ ਪਈ ਝੁਲਦੀ ਹੈ ਔਰ ਚੰਗਾਂ ਦੀ ਵਜ੍ਹਾ ਨਾਲ ਥੋੜ੍ਹੀ ਜਿਹੀ ਆਵਾਜ਼ ਤੋਂ ਖਰਾਬ ਮਹਿਸੂਸ ਹੁੰਦੀ ਹੈ। ਤਾਸ਼ਵੀਨ ਹੈਦਰ ਜੀ ਸਾਡੇ ਜਿਹੜੀ ਤਾਜਰ ਬਰਾਦਰੀ ਹੈ ਉਸਦਾ ਹਿੱਸਾ ਹਨ ਔਰ ਇਸ ਜ਼ਾਹਿਰ ਇਸ ਬਾਜ਼ਾਰ ਵਿੱਚ ਮੌਜੂਦ ਹਨ, ਬੜੇ ਅਰਸੇ ਦੇ ਇਹ ਇਹਨਾਂ ਦੀ ਖਾਹਿਸ਼ ਹੈ ਅਸੀਂ ਇੱਥੇ ਆਵਾਂ ਔਰ ਡੇਡੀ ਕਰਾਂ, ਅੱਜ ਇੱਥੇ ਆ ਰਹੇ ਹਾਂ। ਤਾਸ਼ਵੀਨ ਕਿਹੋ ਲੱਗਦਾ ਹੈ ਡੇਡੀ ਤੁਸਾਂ ਦੇ, ਬਿਲਕੁਲ ਤੁਸਾਂ ਦੇ ਘਰੇ ਵਿੱਚ ਆ ਰਹੀ? ਸਭ ਤੋਂ ਪਹਿਲੇ ਕੇਟੂ ਚੈਨਲ ਦਾ ਸ਼ੁਕਰੀਆ ਅਦਾ ਕਰਨਾ ਕਿ ਜਿਹਨਾਂ ਸਾਡੇ ਨਾਲ ਬਹੁਤ ਧਾਵਨ ਕੀਤਾ, ਖੁਸੂਸਨ ਮੁਨੱਵਰ ਸਾਹਿਬ ਦਾ, ਕਾਸ਼ਿਫ ਭਾਈ ਦਾ, ਸ਼ਬੀਰ ਸਵਾਥੀ ਸਾਹਿਬ ਦਾ, ਭੋਲੇ ਭਾਈ ਦਾ, ਔਰ ਮਾਮੇ ਹੋਣਾ ਦਾ, ਔਰ ਇਹ ਸ਼ਾਮ ਭਾਈ ਦਾ।
ਅਤੇ ਜਿਨ੍ਹਾਂ ਨੇ ਰੌਣਕ ਲਾਈ ਹੈ ਸਾਡੇ ਨਾਲ ਇਨਸ਼ਾਅੱਲਾ, ਅਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਬਹੁਤ ਹਿੱਸਾ ਜਿਹੜਾ ਹੈ ਵੈਲਕਮ ਆ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਔਰ ਅੱਜ ਜਨਾਬ ਅਸੀਂ ਤੁਸਾਂ ਕੋਲ ਆਏ ਹਾਂ। ਡੇਲੀ ਪ੍ਰੋਗਰਾਮ ਕਿਤਨੇ ਅਰਸੇ ਦੇਖਦੇ ਹੋ? ਅਲਹਮਦੁਲਿਲਾ, ਮੇਰਾ ਖਿਆਲ ਵੀ ਜਦੋਂ ਦਾ ਸ਼ੁਰੂ ਹੋਇਆ ਸੀ ਦੇਖਣੀ ਸ਼ੁਰੂ ਉਸਲੇ ਦੀ ਦੇਖਦੇ ਹੋ। ਅਤੇ ਕੋਈ ਮਤਲਬ ਕੋਈ ਸਲਾਹ ਹੈ ਤੁਸਾਂ ਕੋਲ ਯਾਰ, ਇਸ ਵਿੱਚ ਹੋਰ ਕੋਈ ਚੀਜ਼ਾਂ ਦੀ ਵੀ ਜ਼ਰੂਰਤ ਹੈ? ਜੀ ਜੀ, ਮੈਂ ਤਾਂ ਆਖਦਾ ਕਿ ਹਰ ਸ਼ਹਿਰ ਵਿੱਚ, ਚਾਰ ਗ੍ਰਾਮ ਵਿੱਚ ਹੋਵੇ, ਕਿ ਇਸ ਨਾਲ ਸਾਡਾ ਇਨਕੋ ਜਿਹੜਾ ਹੈ, ਮਾਜ਼ੀ ਸਾਰਾ ਕੁਝ ਜਿਹੜਾ ਹੈ ਬਹੁਤ ਅੱਛਾ ਲੱਗਦਾ। ਅਸਾਂ ਹਰ ਗੱਲ ਦੀ ਸਮਝ ਆਉਂਦੀ ਹੈ ਕਿ ਬਾਈ ਸਾਡੇ ਬੜੇ ਵਡੇਰੇ ਜਿਹੜੇ ਹੈ ਉਹ ਇਨਕੋ ਵਿੱਚ ਕਿਹੜੀ ਚੀਜ਼ਾਂ ਔਰ ਕਿ ਇਤਰਾਮ ਹੈ ਉਹਨਾਂ ਦਾ। ਠੀਕ ਹੈ, ਠੀਕ ਹੈ। ਇੱਕ ਗੱਲ ਮੈਂ ਹੋਰ ਯਾਦ ਆ ਗਈ, ਇਹ ਨਹੀਂ ਯਾਰਾ ਮੇਰੇ, ਮੈਂ ਆਪਣੇ ਨਾਜ਼ਰੀਨ ਨੂੰ ਦੱਸਣਾ, ਮਸ਼ਹੂਰੀ ਕੋਈ ਵੀ ਨਹੀਂ ਜਿਹੜੀ ਹਕੀਕਤ ਹੋਈ ਹੈ, ਅਤੇ ਮੇਰਾ ਵੀ ਇਹੀ ਇਲਾਕਾ ਜੀ, ਮੈਂ ਵੀ ਇੱਥੇ ਹੀ ਨਿਕਾ ਜਿਹਾ ਵੱਡਾ ਹੋਇਆ, ਸਾਰੇ ਤਕਰੀਬਨ ਮੇਰੇ ਸਿਆਣੇ ਵਾਲੇ ਲੋਕ ਹਨ। ਇਹ ਜਿਹੜਾ ਮੋਤੀ ਬਾਜ਼ਾਰ ਨਵਾਂ ਬਾਜ਼ਾਰ ਬਣਿਆ, 10-12 ਸਾਲ 15 ਸਾਲ ਤੋਂ ਪਹਿਲੇ ਗਲੀ ਹੁੰਦੀ ਸੋੜੀ ਗਲੀ ਸਾਹ 'ਤੇ, ਇਹ ਮੋਤੀ ਬਾਜ਼ਾਰ ਬਣਿਆ। ਤੁਸਾਂ ਦੇ ਰੇਟ ਬਾਕੀ ਬਾਜ਼ਾਰਾਂ ਨਾਲੋਂ ਥੋੜ੍ਹੇ ਜਿਹੇ ਮੁਨਾਸਬ ਹੁੰਦੇ ਨੇ, ਬਾਕੀ ਬਾਜ਼ਾਰ ਜ਼ਰਾ ਜਿਹਾ ਮਹਿੰਗੇ, ਇਹ ਤੁਸਾਂ ਜਾਣ ਕੇ ਰੱਖੇ ਦੇਣ ਜਾਂ ਕੀ ਵਜ੍ਹਾ ਸੀ? ਸਾਡੀ ਕੋਸ਼ਿਸ਼ ਤਾਂ ਇਹੀ ਹੈ ਜੀ ਕਿ ਇੱਥੇ ਸਾਡੇ ਕੋਲ ਜਿਹੜੀ ਵੀ ਮਾਂ ਭੈਣ ਆਵੇ, ਤੁਸਾਂ ਪੂਰੇ ਮਾਰਕੀਟ ਕੋਲੋਂ ਇਨਸ਼ਾਅੱਲਾ ਜਿਹੜਾ ਆਵੇ ਰੇਟ ਉਹ ਮੁਨਾਸਬ ਮਿਲੇ। ਤੇ ਕੋਈ ਭਰਾ ਹੋਵੇ ਤੇ ਉਹ ਸਾਂ ਪੂਰੀ ਚੁਰੀ ਭਰਾ ਘਾਟਾਂ ਨੇ, ਭੈਣਾਂ ਜ਼ਿਆਦਾ ਆਉਂਦੀਆਂ। ਅੱਛਾ ਅੱਛਾ, ਭੈਣਾਂ ਜ਼ਿਆਦਾ ਆਉਂਦੀਆਂ, ਭਰਾ ਘਾਟ ਆਉਂਦੇ ਨੇ। ਠੀਕ ਹੈ, ਤੇ ਮਾਸ਼ਾਅੱਲਾ ਇੱਥੇ ਦੂਆ ਤੇ ਇਹ ਵੀ ਕਿ ਹਰ ਚੀਜ਼ ਇੱਥੋਂ ਮਿਲਦੀ ਹੈ, ਹਰ ਕਿਸਮ ਦੀ ਵੈਰਾਈਟੀ ਇੱਥੋਂ ਮਿਲਦੀ ਹੈ। ਹਾਂ, ਇਸ ਛੋਟੇ ਜਿਹੇ ਬਾਜ਼ਾਰ ਵਿੱਚ, ਤਕਰੀਬਨ ਬਾਜ਼ਾਰ ਵਿੱਚ ਅਲਹਮਦੁਲਿਲਾ ਬਹੁਤ ਅੱਛਾ ਇੱਥੇ। ਠੀਕ ਹੈ, ਜੀ ਜੀ ਮਿਲਦੇ ਨੇ ਜੀ। ਕਾਸ਼ੀ ਭਾਈ ਇਹ ਸਾਰੇ ਰਾਕੇ ਵਿੱਚ ਚਲ ਕੇ ਫੇਰ ਹੀ ਜਵੀ ਕੰਮ ਕਰਦੇ ਨੇ ਕਰ ਕਰ। ਪਲਾਸਟਿਕ ਤੇ ਭਾਂਡੇ, ਮਤਲਬ ਮੈਂ ਵੇਚਾਂ ਚਲ ਕੇ ਨਾ ਤਸਨ ਆਸੀ ਜੀ, ਮੈਂ ਇੱਥੇ ਵੀ ਫਿਰਦਾ ਰਿਹਾ, ਮੇਰੇ ਸਾਰੇ ਇਲਾਕੇ ਨੇ ਤਸਨ ਤੇ ਮੇਰਾ ਇੱਥੇ ਬਚਪਨ ਗੁਜ਼ਰਿਆ ਨਾ, ਮੇਰਾ ਮੈਂ ਨਾਲ ਮੇਰਾ ਗ੍ਰਾਂ ਹੈ ਉਤੇ ਤੇ ਸ਼ਹਿਰ ਹੈ, ਮੇਰੇ ਸਾਰੇ ਬਚਪਨ ਮੇਰਾ ਗੁਜ਼ਰਿਆ, ਇਹ ਸਾਰੇ ਮੇਰੇ ਨਾਲੇ ਦੇ ਲੋਕਾਂ। ਬੜੀ ਮਿਹਰਬਾਨੀ ਤਸ਼ਵੀਨ, ਬਹੁਤ ਸ਼ੁਕਰੀਆ ਤੁਸਾਂ ਨਾਲ ਆਜੀ ਮੁਹੰਮਦ ਨਈਮ ਅਵਾਨ ਬੈਠੇ ਜੀ, ਹਾਂਜੀ ਨਈਮ ਸਾਹਿਬ ਦਾ, ਸਦਰ ਫਤਿਹ ਆਲਮ ਸਾਹਿਬ ਦਾ, ਗੁਲਜ਼ੇਬ ਨਾਜ਼ਮ ਸਾਹਿਬ ਦਾ, ਔਰ ਆਪਣੇ ਸਾਰਿਆਂ ਭਰਾਵਾਂ ਦਾ, ਹਾਂਜੀ ਸੇਜ ਸਾਹਿਬ ਦਾ, ਔਰ ਮੋਤੀ ਬਾਜ਼ਾਰ ਦੀ ਜਿੰਨੇ ਵੀ ਤਾਜੋ ਬਲਾਦਰੀ ਹੈ ਸਾਰਿਆਂ ਦਾ ਸ਼ੁਕਰੀਆ ਦਾ। ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਨਵਾਜ਼ ਸਿਆਚੂ ਬੈਠੇ ਨੇ ਉਹਨਾਂ ਦੇ, ਹਾਂਜੀ ਮੁਹੰਮਦ ਨਈਮ ਅਵਾਨ ਬੈਠੇ ਦੇ ਜੀ ਸਾਡੇ ਨਾਲ, ਇਹਨਾਂ ਦਾ ਪ੍ਰੋਫੈਸ਼ਨ ਅਤੇ ਸਿਰਾਫ ਹਨ, ਬੜੀਆਂ ਅੱਛੀਆਂ ਇਹਨਾਂ ਦੀਆਂ ਦੁਕਾਨਾਂ, ਬਲਕਿ ਸਾਰਾ ਬਾਜ਼ਾਰ ਹੀ ਇਹਨਾਂ ਦੇ, ਅਤੇ ਤਹਿਸੀਲ ਕੌਂਸਲਰ ਹਨ ਸਾਡੀ ਤਹਿਸੀਲ ਦੇ, ਔਰ ਨਾਲ ਨਾਲ ਜਨਾਬ ਸਰਪ੍ਰਸਤ ਦੇ ਆਲ ਹਨ ਜਿਹੜਾ ਇਹਨਾਂ ਦਾ ਬਾਜ਼ਾਰ ਹੈ, ਉਸ ਦੀ ਜਿਹੜੀ ਇਹਨਾਂ ਦੀ ਯੂਨੀਅਨ ਹੈ, ਸੋਸ਼ਲ ਵਰਕ ਇਹਨਾਂ ਦਾ ਬੜਾ ਅਸਾਂ ਨਜ਼ਰ ਆਉਂਦਾ, ਮੁਖਤਲਿਫ ਜਗ੍ਹਾ 'ਤੇ ਆਪਣੇ ਸ਼ੋਬੇ ਦਾ ਇੱਕ ਬੜਾ ਨਾਂ ਹੈ। ਆਈ ਸਾਹਿਬ ਠੀਕ ਹੋ ਤੁਸੀਂ? ਜੀ ਬਿਸਮਿਲ੍ਲਾਹਿ ਰਹਿਮਾਨ ਰਹੀਮ। ਮੈਂ ਬਹੁਤ ਸ਼ੁਕਰੀਆ ਅਦਾ ਕਰਨਾ ਕੇਟੂ ਟੀਮ ਦਾ ਕਿ ਜਿਨ੍ਹਾਂ ਨੇ ਇਸ ਸਾਡੇ ਇਲਾਕੇ ਦੀ ਸਕਾਫਤ ਆ, ਸਾਡੀ ਜ਼ਬਾਨ ਆ, ਔਰ ਸਾਡੇ ਜਿਹੜੇ ਕੰਮ ਹਨ ਉਹਨਾਂ ਉਜਾਗਰ ਕੀਤਾ ਨੇ, ਔਰ ਖਸੂਸਨ ਜਿਹੜੇ ਗ੍ਰਾਮਾਂ ਵਿੱਚ ਤੁਸੀਂ ਆਪਣਾ ਡੇਰੇ ਲਾਉਂਦੇ ਹੋ ਅਤੇ ਸਵਾਤੀ ਸਾਹਿਬ ਉੱਥੇ ਆਪਣੇ ਜਿਹੜੀ ਸਲਾਹੀਅਤਾਂ ਹੈ ਉਹ ਸਾਰੀਆਂ ਉੱਥੇ ਨਿਛਾਵਰ ਕਰਕੇ ਆਉਂਦੇ ਅਤੇ ਬੜਾ ਹੀ ਅੱਛਾ ਲੱਗਦਾ ਅਸਾਂ, ਅਤੇ ਹਰ ਬੰਦੇ ਦੀ ਜ਼ਬਾਨ ਉੱਤੇ ਅਸੀਂ ਫਿਰ ਕੇਟੂ ਅਤੇ ਡੇਰੀ ਦਾ ਨਾਂ ਸੁਣਦੇ ਹਾਂ ਅਤੇ ਬੜੀ ਖੁਸ਼ੀ ਹੁੰਦੀ ਹੈ, ਬੜੀ ਖੁਸ਼ੀ ਹੁੰਦੀ ਹੈ। ਅਤੇ ਅਸਾਂ ਦੀ ਕੋਸ਼ਿਸ਼ ਹੈ ਔਰ ਖੁਆਇਸ਼ ਹੈ ਕਿ ਤੁਸੀਂ ਇਸੀ ਤਰ੍ਹਾਂ ਇਸ ਸਾਡੇ ਹਜ਼ਾਰੇ ਦੀ ਜਿਹੜੀ ਅਸਲ ਮਿੱਟੀ ਹੈ ਉਸਦੇ ਜਿਹੜੇ ਅਸਲ ਗੁਰ ਹਨ ਉਹ ਤੁਸੀਂ ਚਾਹੇ ਉਹ ਭੋਲੇ ਦੀ ਸੂਰਤ 'ਚ ਹਨ, ਚਾਹੇ ਸਾਡੇ ਸਵਾਤੀ ਮਾਮਲੇ ਦੀ ਸੂਰਤ 'ਚ ਹਨ, ਚਾਹੇ ਖੁਦ ਤੁਸੀਂ ਆਪ ਜਿਹੜੇ ਬੈਠੇ ਦਿਓ ਮਾਸ਼ਾਅੱਲਾ ਇੱਕ ਪਰਵਾਨ 'ਤੇ ਚੜ੍ਹਾਉਂਦੇ ਹੋ ਸਾਡੀ ਇਸ ਜਿਹੜੀ ਸਾਡੀ ਜਿਹੜੀ ਅਸਲ ਸਕਾਫਤ ਜਿਹੜਾ ਸਾਡਾ ਰਹਿਣ ਸਹਿਣ ਹੈ, ਜਿਹੜੀ ਸਾਡੀ ਪਹਿਚਾਣ ਹੈ, ਅਤੇ ਅਸੀਂ ਇਸਦਾ ਇੰਤਹਾਈ ਤੁਹਾਡੇ ਸ਼ੁਕਰਗੁਜ਼ਾਰ ਹਾਂ। ਔਰ ਮੈਂ ਇਹ ਚਾਹਾਂ ਕਿ ਤੁਸੀਂ ਇਸ
ਇਸ ਚੀਜ਼ ਦਾ ਦਾਇਰਾ ਜ਼ਰਾ ਹੋਰ ਵਸੀ ਕਰੋ, ਇਸ ਵਿੱਚ ਮਜ਼ੀਦ ਲੋਕਾਂ ਦੀ ਤੁਸੀਂ ਸ਼ਮੂਲੀਅਤ ਦਾ ਤੁਸੀਂ ਜਿਹੜਾ ਹੈ ਉਹ ਇੰਤਜ਼ਾਮ ਕਰੋ ਤਾਂ ਕਿ ਇਹ ਜ਼ਿਆਦਾ ਤੋਂ ਜ਼ਿਆਦਾ ਵਧੇ ਔਰ ਲੋਕਾਂ ਪਤਾ ਲੱਗੇ ਇਸ ਜਿਹੜੇ ਲਈ ਇਸ ਧਰਤੀ ਦੀ ਜਿਹੜੇ ਲਈ ਤੁਸੀਂ ਸਕਾਫਤ ਅਤੇ ਰਹਿਣ ਸਹਿਣ ਜਿਹੜੇ ਲਈ ਦੱਸਦੇ ਹੋ। ਔਰ ਫਿਰ ਇਹ ਉਹੀ ਵਜ੍ਹਾ ਕਿ ਜਿਹੜਾ ਕੋਈ ਬੰਦਾ ਇੱਕ ਦਫ਼ਾ ਵੀ ਚਾਹੇ ਇਸ ਸ਼ਹਿਰ ਵਿੱਚੋਂ ਗੁਜ਼ਰਿਆ, ਮੈਂ ਤਾਂ ਤੁਸੀਂ ਵੀ ਆਖਦੇ ਹੋ ਨਾ ਇੱਥੇ ਕੋ ਆਇਆ ਅਤੇ ਉਸ ਜ਼ਰੂਰ ਇੱਥੇ ਆਪਣੇ ਆਪ ਬਸੇਰਾ ਕੀਤਾ, ਇੱਥੋਂ ਜਿਹੜਾ ਲੰਘ ਕੇ ਗਿਆ ਅਤੇ ਮੁੰਡੋਂ ਉਸ ਆਣ ਕੇ ਬਸੇਰਾ ਕਰ ਛੋੜਿਆ, ਭਾਵੇਂ ਆਨੇ ਜੁਲਨੋਂ ਨਹੀਂ ਕੀਤਾ ਮੁੰਡੋਂ ਆਇਆ। ਅੱਜ ਸਾਹਿਬ ਬੜੀ ਮਿਹਰਬਾਨੀ, ਸ਼ਕੀਲ ਅਵਾਨ ਸਾਡੇ ਨਾਲ ਬੈਠੇ ਦਿਨ ਜੀ, ਦੋ ਗੱਲਾਂ ਨਾਲ ਕਰਨੇ ਆ ਫਿਰ ਗੀਤ ਸੁਣਨੇ ਆ, ਕੀ ਹਾਲ ਹੈ ਜੀ? ਠੀਕ ਹੋ ਜੀ? ਅੱਲਾ ਦਾ ਕਰਾਮ, ਬਿਲਕੁਲ ਠੀਕ ਠਾਕ। ਉਹ ਜਿਸ ਵੇਲੇ ਤੁਸੀਂ ਭੋਲੇ ਆਖੇ ਯਾਰ ਸ਼ਹਿਜ਼ਾਦੇ ਗੰਜੇ ਨਹੀਂ ਹੁੰਦੇ, ਉਸ ਦਾ ਜਵਾਬ ਹੁਣ ਦੇ ਰੱਖਦੇ ਹੋ? ਮੈਂ ਥੋੜ੍ਹਾ ਜਿਹਾ ਜ਼ਰਾ ਆਪਣੇ 'ਤੇ ਕੰਟਰੋਲ ਕਰਕੇ, ਸਾਡੇ ਮੁਲਕ ਦੇ ਜਿਹੜੇ ਸਭ ਤੋਂ ਆਲਾ ਅਹੁਦੇਦਾਰ ਹਨ ਉਹਨਾਂ ਦੇ ਦੇਖ ਵੀ ਨਹੀਂ ਮੇਰਾ ਤਾਂ, ਚਲੋ ਫਿਰ ਵੀ ਤੁਸ਼ਾਰ ਹੈ। ਮਤਲਬ ਇਹ ਕਿ ਪੈਸੇ ਜਾਂ ਜਾਂ ਆਉਂਦੇ ਨਾ, ਪੈਸੇ ਜਾਂ ਜਾਂ ਆਉਂਦੇ ਨਾ, ਆਦਮੀ ਗੰਜਾ ਹੁੰਦਾ ਜੁਲਦਾ। ਤੂੰ ਐਵੇਂ ਹੀ ਹੋ ਗਿਆ ਪੇਸ਼ ਕਰ ਰਹੇ। ਕੋਸ਼ਿਸ਼ ਯਾਰ ਬੁਲਾਉਣ ਦੀ, ਨਹੀਂ ਭੁੱਲਦਾ ਦਿਲ ਤੂੰ ਯਾਦ ਆਉਂਦਾ, ਹੱਥ ਰੱਖ ਕੇ ਕਹਿੰਦੇ ਮੁੰਡੇ ਤੇ ਸਤਾਵੇਂ ਹਰ ਵੇਲੇ, ਭਾਵੇਂ ਮਿਲਣਾ ਮਿਲ ਤੂੰ ਯਾਦ ਆਉਂਦਾ। ਲੰਮੀਆਂ ਰੂਟਾਂ ਦੇ ਮੈਂ ਟਿਕਟ ਕਟਾ ਮਾਇਆ, ਸਾਹਦਾ ਵਸਾ ਕੋਈ ਨਹੀਂ, ਸਾਹਦਾ ਵਸਾ ਕੋਈ ਨਹੀਂ, ਪਰਵਾਹ
ਸ਼ਕੀਲਵਾਨ ਸਾਹਿਬ ਕੀ ਤਾਰੀਫ ਕਰਾਂ ਜੀ, ਮਾਸ਼ਾਅੱਲਾ ਜ਼ਬਰਦਸਤ। ਔਰ ਅੱਲਾਹ ਤਾਲਾ ਇਸ ਜ਼ਬਾਨ ਵਿੱਚ ਮਜ਼ੀਦ ਨਿਖਾਰ ਪੈਦਾ ਕਰੇ ਤੁਸਾਂ ਦੀ ਆਵਾਜ਼ ਵਿੱਚ ਔਰ ਤੁਸਾਂ ਦੀ ਉਸ ਤੋਂ ਇੱਕ ਬੱਚਾ ਇੱਥੇ ਨੱਚਿਆ ਜੀ, ਤੁਸੀਂ ਅਦਨਾਨ ਅਬਾਸੀ ਮੇਰਾ ਖਾਣ ਜ਼ਰਾ ਖੜੋ ਨਾ ਉੱਠ ਕੇ। ਮਾਸ਼ਾਅੱਲਾ ਜੀ, ਬੜਾ 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 ਸੋਹਣਾ ਨੱਚੇ ਹੋ। ਔਰ ਬੜਾ ਇਹ ਗੱਲ ਸੁਣੋ ਨਦੀਮ ਅਦਰ ਲਾਈਨ ਗੱਲ ਇਹ ਹੈ ਨਾ ਕਿ ਕਤਨ ਵਾਲਾ ਖੈਰ ਪੇਸ਼ ਕੀਤੀ ਭਰਾਵਾ, ਦੋਣੇ ਨੱਚਦੇ ਕਰਸਾਂ ਖੁਦਾ ਰੋਜ਼ੀ ਨਹੀਂ ਕਟਾਉਂਦੇ। ਚਲੋ ਤੁਸੀਂ ਇੱਕ ਆਪਣਾ ਗਰੁੱਪ ਬਣਾ ਕੇ ਠੀਕ ਹੈ ਬਹਿਬੂ ਜੀ, ਬਹੁਤ ਅੱਛਾ। ਤੁਸੀਂ ਅਗਲੇ ਗਾਣੇ ਤੇ ਵੀ ਨੱਚੇ ਔਰ ਬੜਾ ਸੋਹਣਾ ਨੱਚਦੇ ਹੋ ਜੀ। ਸਾਡੇ ਨਾਲ ਬੈਠੇ ਦੇ ਜੀ ਮਲਿਕ ਜਾਂਜ਼ੇਬ ਆਵਾਨ ਜਨਾਬ ਔਰ ਤਾਜਰ ਹਨ ਇੱਥੇ ਦੇ, ਔਰ ਸਾਡੀ ਡੇਡੀ ਦੇ ਆਰੀ ਵੀ ਹਨ। ਤੇ ਮਲਿਕ ਸਾਹਿਬ ਕੀ ਹਾਲ ਹੈ, ਠੀਕ ਹੋ? ਅਲਹਮਦੁਲਿਲਾ ਜੀ, ਅਸਲਾਮ ਅਲੈਕੁਮ। ਮੈਂ ਡੇਡੀ ਦੇ ਤਮਾਮ ਭਰਾਵਾਂ ਜੇ ਡੇਡੀ ਵਿੱਚ ਸ਼ਮੂਲੀਅਤ ਵਾਸਤੇ ਆਏ ਉਹਨਾਂ ਸਾਰਾ ਖੁਸ਼ਾਮਦੀਦ ਆਖਣਾ, ਅਤੇ ਕੇਟੂ ਟੀ ਵੀ ਦੇ ਬਿਲਖਸੂਸ ਅਸੀਂ ਮਸ਼ਕੂਰ ਹਾਂ ਕਿ ਇਨਕੋ ਜ਼ਬਾਨ ਆ ਉਹਨਾਂ ਇਤਨਾ ਫਰੋਗ ਦਿੱਤਾ ਹੈ। ਜਦਕਿ ਅੱਜ ਅਸਾਂ ਦੀ ਨਵੀਂ ਔਲਾਦ ਜਿਹੜੀ ਹੈ ਉਸ ਇਹ ਨਹੀਂ ਪਤਾ ਡੇਡੀ ਕਿਸ ਬੁਲਾਈ ਦਾ ਨਾਂ ਹੈ। ਇਹ ਨਵੀਂ ਔਲਾਦ ਤੇ ਪੁਰਾਣੀ ਔਲਾਦ ਕੇ ਨਵੀਂ ਔਲਾਦ ਜਿਹੜੀ ਹੁਣ ਅਸੀਂ ਨਵੀਂ ਜਨਰੇਸ਼ਨ। ਅੱਛਾ, ਮੈਂ ਸਮਝ ਆਪ ਤੁਸਾਂ ਦੋ ਕੀਤੇ ਮਲਿਕ ਸਾਹਿਬ ਇੱਕ ਸੰਭਾਲਿਆ ਚਲੇ ਤੇ ਬੜੀ ਗੱਲ ਦੋ ਨਹੀਂ ਗੱਲ ਤੇ ਔਖੀ ਆ ਗਈ। ਨਵੀਂ ਅਸਾਂ ਸਾਰਿਆਂ ਦੀਆਂ ਗੱਲਾਂ ਵਿੱਚ ਕੋਈ ਅੰਗਰੇਜ਼ੀ ਸ਼ੰਗਰੇਜ਼ੀ ਆ ਗਈ ਹੈ ਸਾਰਿਆਂ। ਤੁਸੀਂ ਸ਼ਹਿਰ ਵਿੱਚ ਬੈਠੇ ਦੇ ਹੋ, ਨਵਾਂ ਪੋਚ, ਨਵੀਂ ਪੋਤ, ਨਵੀਂ ਪੋਤ ਜੀ, ਨਵੀਂ ਨਸਲ ਪੋਤ। ਅੱਛਾ, ਨਵੀਂ ਨਸਲ ਜਿਹੜੀ ਹੈ ਅਸਾਂ ਦੀ ਜਿਹੜੀ ਇਨਕੋ ਦੀ ਅਸਲ ਬੇਸਿਕ ਜਿਹੜੀ ਜ਼ੁਬਾਨ ਅਸਾਂ ਦੀ ਬੁਨਿਆਦ ਜਿਹੜੀ ਹੈ ਉਹ ਸਭ ਭੁੱਲ ਗਏ। ਹੁਣ ਅਸਾਂ ਦੇ ਪਿਤਲੀ, ਦਰਵਾਜ਼ਾ, ਭੂਆ, ਡੇਡੀ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਇਹਨਾਂ ਸਾਰੀਆਂ ਅਸੀਂ ਭੁੱਲ ਗਏ ਹਾਂ। ਅਸੀਂ ਇਹ ਜੋ ਕੁਝ ਹੋਣ ਕਰਨ ਲੱਗ ਪਏ ਹਾਂ ਉਹ ਜਿਹੜੀ ਮਾਮਾ ਹੋਣਾ ਮੇਰੀ ਤਸੀਹ ਕੀਤੀ ਹੈ ਕਿ ਮੈਂ ਇਨਕੋ ਬੋਲਣਾ ਬੋਲਣਾ ਅੰਗਰੇਜ਼ੀ ਬੋਲ ਛੁੜੀ ਹੈ। ਅਸੀਂ ਅੰਗਰੇਜ਼ੀ ਬੋਲਣਾ ਬੋਲਣਾ ਜਿਹੜਾ ਪਸ਼ਤੋ ਵੀ ਬੋਲ ਚੁੱਲਦੇ ਹਾਂ, ਇਨਕੋ ਯਾਦ ਹੀ ਨਹੀਂ ਰਹਿੰਦੀ ਅਸਾਂ। ਇਹ ਗੱਲ ਸਹੀ ਹੈ, ਅਸਾਂ ਤੁਸਾਂ ਦੇ ਇਸ ਡੇਢੀ ਪ੍ਰੋਗਰਾਮ ਸੁਣ ਬਹੁਤ ਸਾਰਾ ਅਸਾਂ ਦੇ ਕਲਚਰ ਆ ਮੋੜ ਕੇ ਆਉਂਦਾ, ਅਸਾਂ ਦੀ ਤਹਿਜ਼ੀਬ ਆ ਮੋੜ ਕੇ ਆਉਂਦਾ ਕਿ ਅਸੀਂ ਇਨਕੋ ਦਾ ਰਾਗਬ ਹੋਵਾਂ। ਅਸੀਂ ਤੁਹਾਨੂੰ ਗੱਲ ਭੁੱਲ ਜੂ ਸੀ, ਲੱਸੀ ਪੈਕ ਪੈ ਬਣਦਾ ਨਾ, ਤੇ ਹੁਣ ਅਸਾਂ ਅੰਗਰੇਜ਼ੀ ਦੇ ਬਜਾਏ ਸ਼ੰਗ ਸ਼ੰਗ ਕਰਿਆ ਕਰ ਸਾਂ ਨਾਲ ਚਾਈਨੀਜ਼ ਆ ਰਹੇ ਨਾ ਦੇਖ। ਇਹ ਚਲੋ ਵੀ ਸਾਡੇ ਗੁਆਂਢੀ ਨੂੰ ਕੀ ਕਰ ਰੱਖਨੇ, ਅੰਗਰੇਜ਼ ਤੋਂ ਦੂਰ ਹੋਣਗੇ ਨਾਲ ਉਹਨੂੰ ਸ਼ੰਗ ਸ਼ੰਗ ਜੁੜ ਗਈ ਤੇ ਪਤਾ ਲੱਗ ਸੀ ਯਾਰ ਸ਼ਲਿੰਗ ਸ਼ਲੰਗ ਪਾਤਰਾ ਵਿੱਚ ਪੇ ਦੇ ਭਾਂਡੇ ਭੱਟੇ ਪਾ ਕੇ ਪਾਤਰਾ ਵਿੱਚ ਲਾਓ ਸ਼ਲਿੰਗ ਸ਼ਲੰਗ ਸ਼ੁਰੂ ਹੋ ਜਾਂਦੀ ਹੈ। ਬਾਕੀ ਅਸਾਂ ਦਾ ਅਸੀਂ ਕੇਟੂ ਟੀਵੀ ਦੇ ਅਤੇ ਖਾਸ ਤੌਰ 'ਤੇ ਡੇਢੀ ਦੇ ਕਾਸ਼ਿਫ ਮਲਕ ਦੇ ਸਵਾਤੀ ਮਾਮੇ ਦੇ ਅਤੇ ਖਾਸ ਤੌਰ 'ਤੇ ਭੋਲੇ ਦੇ, ਕਿਉਂਕਿ ਤੁਸਾਂ ਲੋਕਾਂ ਜਿਹੜੇ ਕਲਚਰ ਆ ਉਤਨਾ ਉੱਤੇ ਖੜਿਆ, ਅਸਾਂ ਦੇ ਇਨਕੋ ਇਨਕੋ ਜ਼ੁਬਾਨ ਆ ਇਤਨਾ ਉੱਤੇ ਖੜਿਆ, ਅਸਾਂ ਇਤਨਾ ਬੂਸਟ ਦਿੱਤਾ, ਇਤਨੀ ਤਵਾਨਾਈ ਦਿੱਤੀ ਹੈ ਕਿ ਸ਼ਾਇਦ ਅਸੀਂ ਅਸਾਂ ਦੀ ਔਲਾਦ ਅਸਾਂ ਕੋਲੋਂ ਇਹ ਪੁੱਛਣ ਵਾਸਤੇ ਮਜਬੂਰ ਹੁੰਦੀ ਹੈ ਯਾਰ ਡੇਢੀ ਕਿਵੇਂ, ਅਤੇ ਇਹ ਜੋ ਕੁਝ ਕਾਸ਼ਿਫ ਮਲਕ ਆਖਦਾ ਕਿਰੇ ਬੂਹਾ ਆਖ ਛੁੜਦਾ ਕਿਰੇ ਪੇਤਲੀ ਆਖ ਛੁੜਦਾ, ਇਹ ਕੀ ਸ਼ਾਇਦ
ਉਹ ਲੋਕਾਂ ਪਤਾ ਲੱਗਦਾ ਕਿ ਅਸਾਂ ਦੀ ਆਪਣੀ ਮਾਦਰੀ ਜ਼ੁਬਾਨ ਕਿਵੇਂ ਮਾਦਰੀ ਜ਼ੁਬਾਨ ਵਿੱਚ ਅਸੀਂ ਸਿੱਖਦੇ ਹਾਂ ਸੀ ਅਤੇ ਹੁਣ ਖੈਰ ਆਪਣੇ ਔਲਾਦ ਆ ਮਾਦਰੀ ਜ਼ੁਬਾਨ 'ਤੇ ਦੱਸਦੇ ਨਾ ਨਾ ਜੰਮਦਾ ਤਾਂ ਅਸੀਂ ਉਰਦੂ ਸਿਖਾਉਂਦੇ ਹਾਂ ਜ਼ਰਾ ਜੱਟ ਉਹਨੇ ਜਗਾਉਂਦਾ ਅਤੇ ਅੰਗਰੇਜ਼ੀ ਸਿਖਾਉਂਦੇ ਆਪਣੀ ਜ਼ੁਬਾਨ ਬੋਲਣੀ ਚਾਹੀਦੀ ਹੈ ਤੁਸੀਂ ਆਖਿਆ ਕਿ ਤੁਸਾਂ ਦੀਆਂ ਕਾਵਿਸ਼ਾਂ ਸਾਡੀਆਂ ਕੋਸ਼ਿਸ਼ਾਂ 'ਤੇ ਆਪਣੀ ਜਿਹੀ ਜਾਰੀ ਲੇਕਿਨ ਤੁਸਾਂ ਸਾਈਕਲਾਂ ਦੀ ਦੌੜ ਦੇਖੀ ਹੋ ਸੀ ਕਿਰੇ ਸਾਈਕਲਾਂ ਵਾਲੇ ਸਾਈਕਲਾਂ ਘਿਨ ਕੇ ਨਿਕਲਦੇ ਹਨ ਅਤੇ ਰਾਹ ਵਿੱਚ ਲੋਕ ਪਾਣੀ ਘਿਨ ਕੇ ਖਰਚਦਾ ਹੁੰਦਾ ਕੋਈ ਜੂਸ ਘਿਨ ਕੇ ਖਰਚਦਾ ਹੁੰਦਾ ਅਸੀਂ ਸਫ਼ਰ ਵਿੱਚ ਹਾਂ ਅਸਾਂ ਤੁਸਾਂ ਦੇ ਪਾਣੀ ਔਰ ਜੂਸ ਦੀ ਲੋੜ ਹੈ ਅਸੀਂ ਜਿੰਨੇ ਵੀ ਵਸਨੀਕ ਆਓ ਹਜ਼ਾਰੇ ਦੇ ਜਾਂ ਜਿਹੜੇ ਇਨਕੋ ਬੋਲਣ ਵਾਲੇ ਲੋਕ ਹੋ ਅਸਾਂ ਨਾਲ ਕਦੇ ਤੁਸੀਂ ਥੋੜ੍ਹਾ ਜਿਹਾ ਮਤਲਬ ਅਸਾਂ ਦੇ ਸਫ਼ਰ ਵਿੱਚ ਸ਼ਾਮਿਲ ਹੋ ਜਲੋ ਅਤੇ ਇਹ ਸਫ਼ਰ ਸਾਡਾ ਹੋਰ ਜ਼ਿਆਦਾ ਮਜ਼ਾ ਅੱਲਾ ਦੇ ਹੁਕਮ ਨਾਲ ਅਸੀਂ ਤੁਸਾਂ ਚੁਰਾਈਆਂ ਦਾ ਪਾਣੀ ਪਿਲਾ ਸਾਂ ਜਿਸ ਨਾਲ ਤੁਸਾਂ ਸਿਹਤ ਅੱਛੀ ਹੋ ਸੀ ਰਨੋਈ ਦਾ ਪਾਣੀ ਪਿਲਾ ਸਾਂ ਜਿਸ ਨਾਲ ਤੁਸਾਂ ਦੀ ਤਵਾਨਾਈ ਬਹਾਲ ਹੋ ਸੀ ਤਾਂ ਕਿ ਤੁਸੀਂ ਇਨਕੋ ਆ ਪ੍ਰਮੋਟ ਕਰਦੇ ਰਹੋ ਇਨਕੋ ਅੱਗੇ ਖੜਦੇ ਰਹੋ ਬਹੁਤ ਮਿਹਰਬਾਨੀ ਕਸਮ ਜੀ ਤੁਸਾਂ ਜੂਸਾ ਦੀ ਤੇ ਪਾਣੀਆਂ ਦੀ ਰੋਟੀ ਟੁਕੜੇ ਦੀ ਗੱਲ ਕੀਤੀ ਤਾਂ ਮਾਮੇ ਕੋਲ ਵੀ ਜਲਣਾ ਪੈ ਜਲਦਾਉਂਦੇ ਤੁਸਾਂ ਪਤਾ ਉਸ ਤੜੇ ਗਿਆ ਸੀ ਮਤਲਬ ਮਾਨਸਰੇ ਵਿੱਚ ਆਪਣਾ ਲਟਰੀਨ ਆ ਰਹੇ ਤਾਂ ਉੱਥੇ ਅੰਦਰ ਗਿਆ ਮਾਮਾ ਪਿਸ਼ਾਬ ਕਰਕੇ ਬਾਹਰ ਨਿਕਲਿਆ ਤੇ ਜਣਿਆ 10 ਰੁਪਏ ਮੰਗੇ ਮਾਮੇ ਕਾਰਡ ਕਰ ਛੋੜਿਆ ਸਟਾਫ ਤੇ ਹੁਣ ਮਤਲਬ ਇਹ ਗੱਲ ਆ ਕੋ ਤੁਸੀਂ ਆਪ ਸਮਝ ਹੁਣ ਫਿਰ ਤੁਸਾਂ ਦੇ ਡੇਡੀ ਦੇ ਹਵਾਲੇ ਨਾਲ ਕੁਝ ਅਪਵਾਦ ਦੇ ਥੋੜੇ ਜਿਹੇ ਮਸਾਇਲ ਹੁਣ ਜਿਨ੍ਹਾਂ ਤੇ ਮੈਂ ਆਸਾਂ ਕਿ ਜਰਾ ਸ਼ਾਇਦ ਅਸਾਂ ਦੇ ਹੁਕਮਰਾਨਾਂ ਅਕਲ ਆ ਜੁਲੇ ਤੇ ਅਸਾਂ ਇਹਨਾਂ ਗਰੀਬਾਂ ਲੋਕਾਂ ਦੇ ਪਿੱਛੇ ਦਿਆਂ ਲੋਕਾਂ ਦਾ ਖਿਆਲ ਕਰਕੇ ਨੂੰ ਅਸਾਂ ਨਵਰੀ ਰੋਡ ਬਣਦਾ ਪਿਆ ਉਸ 'ਤੇ 1.5 ਸਾਲ ਹੋ ਗਿਆ ਕੋਈ ਪਤਾ ਨਹੀਂ ਇਹ ਕਿਆਣੀ ਸਾਹਿਬ ਬੈਠੇ ਦੇ ਇਹਨਾਂ ਦਾ ਘਰ ਹੈ ਉੱਥੇ ਉੱਥੋਂ ਇਹਨਾਂ ਇੱਥੇ ਆਉਣੇ ਤੱਕ ਜਿਹੜਾ 5 ਮਿੰਟਾਂ ਦਾ ਰਾਹ ਉਸ 'ਤੇ ਅੱਧਾ ਘੰਟਾ 1.5 ਘੰਟਾ ਲੱਗ ਜਾਂਦਾ ਸਕੂਲਾਂ ਦੇ ਬੱਚਿਆਂ ਦੇ ਸਕੂਲ ਖੁੱਲ੍ਹ ਗਏ ਹੁਣ ਸਕੂਲਾਂ ਦੀਆਂ ਇੱਥੀਆਂ ਲਾਈਨਾਂ ਲੱਗ ਜੁਲਦੀਆਂ ਕਿ 2-2 ਘੰਟੇ ਬੱਚੇ ਸਕੂਲਾਂ ਤੋਂ 1.5-1.5 ਘੰਟਾ ਲੇਟ ਹੋ ਜੁਲਦੇ ਨੇ ਅੱਗੇ ਉਸਤਾਦ ਡੰਡਾ ਘਿਨ ਕੇ ਖਲਦੇ ਤਾਂ ਹੁੰਦਾ ਓਏ ਤੂੰ ਲੇਟ ਕਿਉਂ ਆਇਆ ਉਹ ਆਖਦਾ ਜੀ ਰੋਡ ਬੰਦ ਆ ਉਹ ਆਖਦਾ ਨਾ ਉਹ ਤਾਂ ਬੇਬੇ ਰੋਟੀ ਨਹੀਂ ਪਕਾ ਕੇ ਦਿੱਤੀ ਤਾਂ ਤੂੰ ਲੇਟ ਅੱਛਾ ਪਤਾ ਮਸਲਾ ਕੀ ਹੁੰਦਾ ਤੁਸੀਂ ਮਸਲੇ ਦੀ ਨਿਸ਼ਾਨਦੇਹੀ ਕੀਤੀ ਹੈ ਬਾਕੀ ਇਹ ਮਸਲਾ ਮੈਂ ਸਾਡੇ ਹੁਕਮਰਾਨਾਂ ਦੀ ਇਹ ਵੀ ਗਲਤੀ ਹੈ ਕਿ ਐਬਟਾਬਾਦ ਦੇ ਸਦਰ ਬਾਜ਼ਾਰ ਵਿੱਚ ਹਰ ਦੁਕਾਨਦਾਰ ਆਪਣੀ ਦੁਕਾਨ ਅੱਗੇ ਗੱਡੀ ਵੀ ਖਿਲਾਰੀ ਦੀ ਹੈ ਪਰਲੇ ਪਾਸੋਂ ਦੂਏ ਖਿਲਾਰੀ ਦੀ ਹੈ ਦਰਮਿਆਨ ਵਿੱਚ ਟੁੱਟਣੇ ਦਾ ਰਾਹ ਵੀ ਨਹੀਂ ਇਹ ਗਲਤੀ ਵੀ ਸਾਡੇ ਹੁਕਮਰਾਨਾਂ ਦੀ ਹੈ ਨਾ ਜੀ ਬਿਲਕੁਲ ਇਹ ਗੱਲ ਤੁਸੀਂ ਠੀਕ ਆਖਦੇ ਹੋ ਜੀ ਕਿ ਅਸੀਂ ਇਸ ਗੱਲਾਂ ਉੱਤੇ ਜਿਹੜੇ ਟ੍ਰੇਡ ਦੇ ਲੋਕ ਆ ਨਈਮ ਸਾਹਿਬ ਹੋਣ ਫਖਰੇ ਆਲਮ ਕਿਆਨੀ ਸਾਹਿਬ ਹੋਣ ਗੁਲਤਾਫ ਸਾਹਿਬ ਹੋਣ ਇਸ ਤਰ੍ਹਾਂ ਹੋਰ ਅਸਾਂ ਦੇ ਮੂੰਹ ਸਾਰੇ ਟ੍ਰੇਡ ਦੇ ਨੁਮਾਇੰਦੇ ਜਿਹੜੇ ਨੇ ਉਹਨਾਂ ਅਸੀਂ ਮੂੰਹ ਕਾਵਿਸ਼ਾ ਕਰਦੇ ਹਾਂ ਲੇਕਿਨ ਅਸਾਂ ਦੇ ਭਰਾ ਅਸਾਂ ਇਸ ਗੱਲਾਂ 'ਤੇ ਨਹੀਂ ਕਰਦੇ ਅਸੀਂ ਉਹਨਾਂ ਦੇ ਬਾਹਰ ਆਹ ਗੱਲ ਆਖਦੇ ਹਾਂ ਕਿ ਤੁਸੀਂ ਆਪਣੀਆਂ ਗੱਡੀਆਂ ਪਾਰਕਿੰਗਾਂ 'ਤੇ ਲਾ ਕੇ ਆਓ ਉੱਥੇ ਤਲਿਆਤਿਆਂ 'ਤੇ ਲਾ ਕੇ ਆਓ ਤਾਂ ਕਿ ਬਾਜ਼ਾਰੇ 'ਤੇ ਖਰੀਦਾਰ ਆਵੇ ਗਾਹਕ ਆਵੇ ਉਹ ਗੱਡੀ ਦੁਕਾਨਾਂ ਚੀਜ਼ਾਂ ਕਿੰਨੇ ਕਹਿਣ ਕੇ ਤੂੰ ਚੁਲਦਾ ਰਹੇ ਉਹ ਅਸਾਂ ਦੇ ਭਰਾ ਇਸ ਗੱਲਾਂ ਮੰਨਦੇ ਨਹੀਂ ਸਾਡੀ ਗੱਲ ਸੁਣਦੇ ਨਹੀਂ ਦੁਕਾਨ ਸ਼ੁਕਾਨ ਕਰਦੇ ਹੋ ਡੇਡੀ ਦੇ ਵੱਲ ਨਾਲ ਕੀ ਆਖੋ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਮਲਿਕ ਸਾਹਿਬ ਸਾਰੇ ਕੇ2 ਟੀਵੀ ਵਾਲਿਆਂ ਦਾ ਡੇਡੀ ਪ੍ਰੋਗਰਾਮ ਵਾਲਿਆਂ ਦਾ ਸਵਾਤੀ ਭਾਬੀ ਦਾ ਭੋਲੇ ਭਾਈ ਦਾ ਸਾਰੀ ਕਾਬੀਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੋਤੀ ਬਾਜ਼ਾਰ ਆਇਓ ਅਸੀਂ ਤੁਸੀਂ ਹਰ ਕਦੇ ਆਖਦੇ ਹਾਂ ਅਤੇ ਅਸਲ ਗੱਲ ਤੁਸੀਂ ਸਾਰਿਆਂ ਗੱਲ ਕੀਤੀ ਹੈ ਕਿ ਬਈ ਜਿਹੜਾ ਬੰਦਾ ਇੱਥੇ ਆਇਆ ਇੱਥੇ ਆ ਕੇ ਉਸ ਬਸੇਰਾ ਕੀਤਾ ਅਸਲ ਮੇਨ ਵਜ੍ਹਾ ਇਸ ਬਸੇਰੇ ਦੀ ਇਹ ਹੀ ਕਿ ਅਸਾਂ ਹਰ ਜਿਹੜਾ ਬੰਦਾ ਵੀ ਆਇਆ ਇੱਥੇ ਅਸਾਂ ਉਸ ਬੜਾ ਉਸ ਪਿਆਰ ਮੁਹੱਬਤ ਨਾਲ ਅਸੀਂ ਉਸ ਨਾਲ ਪੇਸ਼ ਆਏ ਹਾਂ ਅਤੇ ਤੁਸੀਂ ਦੇਖਿਆ ਸੀ ਕਿ ਗਿਰਦੋਨਵਾ ਦੇ ਔਰ ਐਬਟਾਬਾਦ ਦੇ ਤਮਾਮ ਕਰੀਮ ਜਾਈਆਂ ਇਹ ਐਬਟਾਬਾਦ ਸ਼ਹਿਰ ਦੇ ਲੋਕਾਂ ਕੋਲ ਨਹੀਂ ਇਹ ਆਊਟ ਸਟੇਸ਼ਨ ਜਿਹੜੇ ਲੋਕ ਨੇ ਸਾਡੇ ਮੁਲਕ ਦੇ ਦੂਜੇ ਸ਼ਹਿਰਾਂ ਦੇ ਬੜੇ ਬੜੇ ਕਰੀਮ ਲੋਕ ਹਨ ਇਹ ਸਾਰੀਆਂ ਕਰੀਮ ਜਾਈਆਂ ਉਹਨਾਂ ਦੀ ਮੇਨ ਵਜ੍ਹਾ ਇਹ ਹੀ ਕਿ ਸਾਡੇ ਲੋਕਾਂ ਵਿੱਚ ਪਿਆਰ ਮੁਹੱਬਤ ਬਹੁਤ ਹੈ ਸਾਡੇ ਲੋਕ ਹਰ ਬੰਦੇ ਨਾਲ ਬਹੁਤ ਪਿਆਰ ਕਰਦੇ ਨੇ ਜਿਸ ਵਜ੍ਹਾ ਉਹ ਤੋਂ
ਬੜੀ ਮਸ਼ਹੂਰ ਗੱਲ ਹੈ ਸਾਡੇ ਪਟਵਾਰ ਦੇ ਗ੍ਰਾਂ ਦੇ ਵੱਲ ਨਾਲ ਉੱਥੇ ਦੇ ਇੱਕ ਬੰਦੇ ਵਸਨੀਕ ਗੱਲ ਕੀਤੀ ਆਖਣ ਲੱਗੇ ਸਾਡੇ ਕੋਲ ਜਿਸ ਬਾਹਰੋਂ ਲੋਕ ਆਉਂਦੇ ਨੇ ਤੇ ਆਖਦੇ ਯਾਰ ਇਹ ਕਨਾਲ ਦੋ ਕਨਾਲਾਂ ਜਾ ਚ ਆਉਂਦੇ ਨੇ ਕਾਰ ਬਣਾਉਣਾ ਨਾ ਉਹ ਪਹਿ
ਲੋਕ ਆਏ ਉਹਨਾਂ ਇੱਥੇ ਅਸਾਂ ਆ ਕੇ ਮਤਲਬ ਅੱਛੀਆਂ ਕੀ ਪੋਸਟਾਂ ਹੋਤੇ ਲੇਕਿਨ ਉਹਨਾਂ ਨੇ ਸਾਡਾ ਖਿਆਲ ਉਹਨਾਂ ਨੇ ਨਹੀਂ ਕੀਤਾ। ਅਸਲ ਜੀ ਗੱਲ ਇਹੀ ਹੈ ਜਿਹੜੇ ਬਾਹਰੋਂ ਵੀ ਆਏ ਜਿਹੜੇ ਪਾਕਿਸਤਾਨ ਨੇ ਅਸਾਂ ਸਾਰਿਆਂ ਦਾ ਆ ਕੇ ਇਸ ਮੁਲਕ 'ਤੇ ਔਰ ਇਸ ਯਾਰ ਚੱਪੇ 'ਤੇ ਸਾਡਾ ਆ ਕੇ ਜਿੱਥੇ ਆਦਮੀ ਬਸਦਾ ਹੋਵੇ ਉੱਥੇ ਉਸ ਧਰਤੀ ਦਾ ਅਸਾਂ ਖਿਆਲ ਰੱਖਣਾ ਚਾਹੀਦਾ। ਮਲਿਕ ਰੱਬ ਨਵਾਜ਼ ਅਵਾਨ ਸਾਡੇ ਨਾਲ ਬੈਠੇ ਦਿਨ ਜੀ ਅਤੇ ਟੂਣਾ ਦੀ ਬਾਂਡੀ ਇਹਨਾਂ ਦਾ ਗ੍ਰਾਂ ਜੀ ਜ਼ਬਰਦਸਤ ਕਿਸਮ ਦੇ ਗ੍ਰਾਂ ਔਰ ਸਾਡੇ ਕਲੰਦਰਾਬਾਦ ਨਾਲ ਅਤੇ ਮਲਿਕ ਸਾਹਿਬ ਤੁਸੀਂ ਵੀ ਤਾਜਰ ਹੋ ਇੱਥੇ ਤਜਾਰਤ ਕਰਦੇ ਹੋ ਅੱਜ ਸ਼ਹਿਰ ਦੀ ਡੇਡੀ ਵਿੱਚ ਸਾਡੇ ਗ੍ਰਾਂ ਵਿੱਚ ਸਾਨੂੰ ਡੇਡੀ ਕੀਤੀ ਹੈ ਉਸ ਡੇਡੀ ਦਾ ਆਪਣਾ ਇੱਕ ਰੰਗ ਆ ਲੇਕਿਨ ਸ਼ਹਿਰ ਦੀ ਡੇਡੀ ਦਾ ਆਪਣਾ ਇੱਕ ਰੰਗ ਹੈ ਕਿ ਆਖੋ ਮੈਂ KTOTV ਅਤੇ ਡੇਡੀ ਦੇ ਜਿੰਨੇ ਵੀ ਮੈਨੇਜਮੈਂਟ ਹੈ ਉਹਨਾਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਕਿ ਉਹ ਅੱਜ ਸ਼ਹਿਰ ਵਿੱਚ ਅਸਾਂ ਕੋਲ ਇੱਥੇ ਮੌਜੂਦ ਆਏ ਦਿਨ ਔਰ ਖਸੂਸਨ ਤਸ਼ਵੀਨ ਬਾਈ ਜਿਹਨਾਂ ਸੁਣੇ ਅੱਜ ਦੀ ਡੇਡੀ ਅਰੇਂਜ ਕੀਤੀ ਹੈ। ਮੈਂ ਸਮਝਦਾ ਕਾਸ਼ਿਫ ਬਾਈ ਕਿ ਤੁਸਾਂ ਦੀ ਮਿਹਨਤ ਤੁਸਾਂ ਦੀ ਕਾਵਿਸ਼ਾਂ ਇਸ ਜ਼ੁਬਾਨ ਦਾ ਇਸ ਇਲਾਕੇ ਹੈ ਜਿੰਨਾ ਉਜਾਗਰ ਤੁਸਾਂ ਪੂਰੀ ਦੁਨੀਆ ਮੇਂ ਕੀਤਾ ਹੈ ਤੁਸਾਂ ਦੀ ਮਿਹਨਤ ਅੱਲਾ ਰੰਗ ਲਾਇਆ। ਹਿੰਕੂ ਜ਼ੁਬਾਨ ਬਿਲਕੁਲ ਹੀ ਖਤਮ ਹੁੰਦੀ ਜੁਲਦੀ ਆ ਸੀ ਪੂਰੀ ਦੁਨੀਆ ਵਿੱਚ ਸਮਝ ਨਹੀਂ ਆਉਂਦੀ ਸੀ। ਹਰ ਸ਼ਹਿਰ ਦੀ ਆਪਣੀ ਇੱਕ ਜ਼ੁਬਾਨ ਆ ਸੀ ਉਸਨੂੰ ਉਜਾਗਰ ਕਰਨ ਵਾਸਤੇ ਬੜੇ ਲੋਕ ਸਾਹਮਣੇ ਆਏ। KTOTV ਜਿਹੜੀ ਹੈ ਉਸ ਦੀ ਕਾਵਿਸ਼ਾਂ ਔਰ ਤੁਸਾਂ ਦੀ ਮਿਹਨਤ ਇਸ ਵਿੱਚ ਸ਼ਾਮਿਲ ਆ ਲਈ ਔਰ ਖਾਸ ਤੌਰ 'ਤੇ ਤੁਸਾਂ ਸੁਣ ਜਿੰਨੇ ਗ੍ਰਾਵਾਂ ਵਿੱਚ ਜੁਲ ਕੇ ਆਪਣੇ ਪ੍ਰੋਗਰਾਮ ਕੀਤੇ ਨੇ ਗ੍ਰਾਂ ਗ੍ਰਾਂ ਦੇ, ਅਸੀਂ ਵੀ ਜਿਸ ਵਕਤ ਪ੍ਰੋਗਰਾਮ ਦੇਖਦੇ ਹਾਂ ਕਿ ਅਸਾਂ ਕੋਈ ਬਾਅਦ ਗ੍ਰਾਵਾਂ ਦੇ ਨਾਂ ਨਹੀਂ ਆਉਂਦੇ। ਹੁਣ ਅੱਜ ਅਸੀਂ ਉਹਨਾਂ ਗ੍ਰਾਵਾਂ ਵੀ ਸਾਂਡਦੇ, ਉਹਨਾਂ ਦੀ ਜ਼ੁਬਾਨ ਵੀ ਸਾਂਡਦੇ ਹਾਂ, ਉਹਨਾਂ ਦੀ ਸਕਾਫਤਾਂ ਵੀ ਸਾਂਡਦੇ ਹਾਂ, ਔਰ ਇਹ ਤੁਸਾਂ ਦੀ ਪੂਰੀ ਟੀਮ ਦੀ ਇੱਕ ਮਿਹਨਤ ਦੀ ਵਜ੍ਹਾ ਤੋਂ ਬੇਸ਼ੱਕ। ਔਰ ਇਹ ਵਾਕ ਗੱਲ ਸੁਣ ਓਰੀਜਨਲ ਆਵਾਨ ਬਿਠਾ ਲੈ ਦੇਈਆਂ ਆਖਦੇ ਦਿੰਦਾ ਜੀ ਜਹਾ ਚੇਟਾ ਸੀਏ ਚੇਟਾ ਨਾ ਹੋਵੇ ਤਾਂ ਸੀਏ ਨਹੀਂ ਹੁੰਦਾ ਅਤੇ ਅਵਾਣ ਕਾਲਾ ਨਾ ਹੋਵੇ ਤਾਂ ਅਵਾਣ ਨਹੀਂ ਹੁੰਦਾ। ਗੱਲ ਜ਼ਰਾ ਸਮਝਿਓ ਨਾ, ਅਗਲੀ ਗੱਲ ਅਗਲੇ ਆਪ ਸਮਝੇ ਕਰਦੇ ਕਰੋ। ਕੋਈ ਮਰਸੀ ਆ, ਮੈਂ ਤਾਂ ਪਹਿਲੇ ਵੀ ਆਖਿਆ ਚਿੱਟੇ ਕਾਲੇ ਘੁੰਮਣ ਵਾਲ ਨਹੀਂ ਹੁੰਦੇ। ਭੋਲੇ ਦੇ ਜਿਹੜੀ ਮਜ਼ਾਕ ਹੈ ਉਹ ਇਸ ਪ੍ਰੋਗਰਾਮ ਦੀ ਜਿਹੜੀ ਹੈ ਉਹ ਇੱਕ ਸ਼ਾਨ ਵੀ ਹੈ। ਜਾਨ ਹੈ ਬਿਲਕੁਲ ਜਾਨ, ਬਹੁਤ ਅੱਛੀ ਹੈ ਸਵਾਤੀ ਮਾਮੀ ਦੀ ਸ਼ਾਇਰੀ, ਬਹੁਤ ਅੱਛੀ ਸ਼ਾਇਰੀ ਹੈ ਮਾਸ਼ਾ ਅੱਲਾਹ। ਤੁਸਾਂ ਸਾਰਿਆਂ ਦਾ ਪ੍ਰੋਗਰਾਮ ਜਿਹੜਾ ਹੈ ਉਹ ਇਹ ਨਹੀਂ ਕਿ ਐਬਟਾਬਾਦ ਹਜ਼ਾਰੇ ਵਿੱਚ, ਉਹ ਪੂਰੇ ਸੂਬੇ ਵਿੱਚ, ਪਾਕਿਸਤਾਨ ਵਿੱਚ ਔਰ ਇਸ ਪਾਕਿਸਤਾਨ ਤੋਂ ਬਾਹਰ ਪੂਰੀ ਦੁਨੀਆ ਵਿੱਚ ਬੜੇ ਲੋਕ ਸ਼ੌਕ ਨਾਲ ਦੇਖਦੇ ਹਨ, ਖਸੂਸਨ ਜਿਹੜੇ ਲੋਕ ਹਜ਼ਾਰੇ ਤੋਂ ਇਸ ਵਕਤ ਬਾਹਰ ਹਨ ਔਰ ਉਹ ਉਹਨਾਂ ਦੀ ਸ਼ੌਕ ਨਾਲ, ਪਿਆਰ ਨਾਲ, ਮੁਹੱਬਤ ਨਾਲ ਉਹ ਇਹ ਪ੍ਰੋਗਰਾਮ ਦੇਖਦੇ ਹਨ, ਰਿਕੁਐਸਟ ਕਰਦੇ ਹਨ ਅਸਾਂ ਦੇ ਗ੍ਰਾਮਾਂ ਵਿੱਚ ਡੇਡੀ ਵੀ ਕਰੋ। ਅਸਾਂ ਦੀ ਪਹਿਲੇ ਇੱਕ ਡੇਡੀ ਬਾਣੀ ਟੂਣਾ ਵਿੱਚ ਇੱਕ ਹੋ ਗਈ ਹੈ, ਇਨਸ਼ਾਅੱਲਾ ਦੁਬਾਰਾ ਤੁਸਾਂ ਫਿਰ ਦਾਵਤ ਦੇ ਸਾਂ ਬਾਣੀ ਟੂਣਾ ਦੇ ਮੁਕਾਮ ਵਿੱਚ ਹੋ ਗਈ, ਮੰਦਰੋਚ ਹੋ ਗਈ, ਇਨਸ਼ਾਅੱਲਾ ਤੁਸਾਂ ਅਸੀਂ ਜ਼ਰੂਰ ਉੱਥੇ ਦਾਵਤ ਦੇ ਸਾਂ। ਉਮੀਦ ਹੈ ਤੁਸੀਂ ਅਸਾਂ ਕੋਲੋਂ ਖਾਸ ਹੋ। ਬੜੀ ਮਿਹਰਬਾਨੀ। ਇਹਨਾਂ ਦੀ ਬਾਣੀ ਦੇ ਕੇ ਟੂਣਦੇ ਰਹਿੰਦੇ ਤੁਸੀਂ ਰਾਤੀ ਜੜੀ ਜਾ। ਇਹ ਬਾਂਡੀ ਟੂਣਾ ਜਿਹੜਾ ਗ੍ਰਾਂ ਹੈ ਨਾ, ਇਹ ਟੂਣਾ ਲੋੜਨੇ ਵਾਲਾ ਟੂਣਾ ਨਹੀਂ, ਟੂੰਡ ਇੱਥੇ ਆਬਾਸੀ ਕੌਮ ਆਖਿਆ ਜਾਂਦਾ ਹੈ ਸਾਰੇ ਵਿੱਚ। ਟੂੰਡ ਜਿਹੜਾ ਹੈ ਆਬਾਸੀ, ਜਿਹੜਾ ਅਸੀਂ ਅੱਜ ਕੱਲ੍ਹ ਆਬਾਸੀ ਆਪਿਆਂ ਆਖਾਂਦੇ ਨਾ, ਪਹਿਲੇ ਟੂੰਡ ਆਖਦੇ ਹੁੰਦੇ, ਉੱਥੇ ਕਿਸੇ ਟੂੰਡ ਦੀ ਬਾਂਡੀ ਆਈ, ਠੀਕ ਹੈ, ਕਿਸੇ ਆਬਾਸੀ ਕੌਮ ਦੇ ਕਿਸੇ ਆਦਮੀ ਦੀ ਬਾਂਡੀ ਆਈ। ਬਾਂਡੀ ਸਮਝਣਾ ਕਿਸਾਨ ਹੱਥ ਜਿੱਥੇ ਤੁਹਾਨੂੰ ਬੰਦੇ ਖੜ ਗਏ, ਉਹ ਬਾਂਡੀ ਆਈ, ਉਸ ਵਜ੍ਹਾ ਤੋਂ ਟੂਣਾ ਦੀ ਬਾਂਡੀ ਇਹ ਗ੍ਰਾਮ ਮਸ਼ਹੂਰ ਹੋਇਆ। ਨਾ ਨਾ ਗੁਮੀ ਦੀ ਕੁਝ ਨਾ ਸੀ, ਗੁਮੀ ਦੀ ਕੁਝ ਨਾ ਸੀ।
ਭੋਲਾ ਗੁੰਮ ਗਿਆ ਤੇ ਉਹ ਇਥੋਂ ਆਣ ਹਾਥੀ ਮੈਰੇਜ ਵੱਲ ਨਿਕਲਿਆ ਹਾਥੀ ਮੈਰੇ ਬੜੀ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਔਰ ਤੂੰ ਤਾਂ ਤੇਰੇ ਗ੍ਰਾਂ ਦਾ ਵੀ ਦੱਸਾਂ ਕਿ ਤੇਰੇ ਗ੍ਰਾਂ ਦਾ ਨਾਂ ਹਾਥੀ ਮੈਰਾ ਕਿਉਂ ਰੱਖਿਆ ਗਿਆ ਸਾਡੇ ਨਾਲ ਲਕੀਮ ਸਾਹਿਬ ਬੈਠੇ ਤੇ ਥੋੜ੍ਹੀ ਗੱਲ ਉਹਨਾਂ ਕਰ ਕਿੰਨੇ ਮਲਿਕ ਸਾਹਿਬ ਬੜੀ ਮਿਹਰਬਾਨੀ ਔਰ ਜੀ ਮੈਂ ਖਾਸ ਤੌਰ 'ਤੇ ਸ਼ੁਕਰੀਆ ਅਦਾ ਕਰਨਾ ਜੀ ਜਵਾਦ ਅਲੀ ਅਵਾਨ ਇਬਰਾਰ ਅਲੀ ਅਵਾਨ ਸਰਾਫ ਹਾਜੀ ਸਈਦ ਸਰਾਫ ਕਿਫਾਇਤੁਰ ਰਹਿਮਾਨ ਅਤੇ ਮਲਿਕ ਗੁਲ ਗੁਲ ਅਲਤਾਫ ਅਵਾਨ ਦਾ ਅੱਜ ਦੀ ਡੇਡੀ ਪੇ ਜਨਾਬ ਉਹ ਸਾਡੇ ਨਾਲ ਸ਼ਾਮਿਲ ਹੋਏ ਬਹੁਤ ਸ਼ੁਕਰੀਆ ਜੀ ਖਾਲਿਦ ਭਾਈ ਕੀ ਹਾਲ ਹੈ ਅਲਹਮਦੁਲਿਲਾ ਜੀ ਅੱਲਾ ਬੜਾ ਸ਼ੁਕਰ ਹੈ ਜੀ ਉਸਤੇ ਸਾਰੇ ਆਪ ਹੀ ਖਾਂਦੇ ਹੋ ਜੀ ਇਹਨਾਂ ਲੋਕਾਂ 'ਤੇ ਵੀ ਰੱਖੇ ਦਿਨ ਪਰ ਲੋਕਾਂ ਦੇ ਨਹੀਂ ਨਾ ਜੀ ਕੀ ਕਰਾਂ ਉਹ ਆਹ ਤਿੰਨ ਜਿਹੜਾ ਡਾਕਟਰੀ ਦਵਾਈਆਂ ਖਾ ਕੇ ਜ਼ਿਆਦਾ ਤਕੜੇ ਹੋ ਸਾਂ ਕਿ ਸਾਡੇ ਕੁਛ ਤਾਂ ਬੂਹ ਤਕੜੇ ਕਰ ਦਿੰਦਾ ਅੱਛਾ ਤੂੰ ਗੱਲ ਸੁਣ ਟੈਸਟ ਕਿਸੇ ਕਰਦੇ ਹੁੰਦੇ ਹੋ ਅਸੀਂ ਜਨਾਬ ਪਹਿਲੇ ਆਪਣੀ ਬਣਾ ਕੇ ਆਪਣੇ 'ਤੇ ਵੀ ਟੈਸਟ ਕਰ ਦਿੰਦੇ ਕੁਛ ਅੱਜ ਪੌਲੇ ਜਾ ਸਾ ਆਜ ਉਸ 'ਤੇ ਵੀ ਟੈਸਟ ਕਰਕੇ ਨਾ ਨਾਲ ਉਰਲੇ ਪਾਸੇ ਬਾਹਰ ਬਿਠਾਲੇ ਦੋ ਕੋਈ ਪਿਸਤੌਲ ਕਹਿਣਾ ਤਾਂ ਆਖਦੇ ਨੇ ਯਾਰ ਇਹ ਗੱਲ ਸੁਣੇ ਪਿਸਤੌਲ ਚਾਹ ਕੇ ਤੇ ਉਹ ਅੱਗੋਂ ਜਾਣਾ ਅਸੀਂ ਟੈਸਟ ਕਿੱਦਾਂ ਕਰਾਂ ਉਹ ਆਖਦੇ ਨੇ ਬਾਹਰ ਇੱਕ ਜਣਾ ਬੜਾ ਬਿਠਾਲੇ ਦੀ ਇਸ ਤਰ੍ਹਾਂ ਟੈਸਟ ਕਰ ਛੋੜ ਅੱਜ ਖਾਲਿਦ ਭਾਈ ਅੱਜ ਅਸੀਂ ਮੌਜੂਦ ਹਾਂ ਜਨਾਬ ਤੋਂ ਸਾਡੇ ਇਸ ਬਾਜ਼ਾਰ ਵਿੱਚ ਔਰ ਮਾਸ਼ਾਅੱਲਾ ਤੁਸਾਂ ਇੱਕ ਜ਼ਮਾਨਾ ਤੁਸਾਂ ਦਾ ਇੱਥੇ ਗੁਜ਼ਰਿਆ ਔਰ ਤੁਸਾਂ ਦਾ ਇੱਥੇ ਬੜਾ ਵੇਟ ਹੈ ਬੜਾ ਵਜ਼ਨ ਹੈ ਬੜੀ ਸਹਿ ਹੈ ਇਸ ਬਾਜ਼ਾਰ ਵਿੱਚ ਆਪਣਾ ਬਦਨ ਦਾ ਵੀ ਵਜ਼ਨ ਜ਼ਿਆਦਾ ਤੇ ਦੁਕਾਨਾਂ ਦਾ ਝੋਸੀ ਹੋ ਦੁਕਾਨਾਂ ਦਾ ਵੀ ਹੈ ਔਰ ਮਾਸ਼ਾਅੱਲਾ ਇੱਕ ਚੀਜ਼ ਹੋਰ ਮੈਂ ਜਿਹੜੀ ਦੇਖੀ ਹੈ ਤੁਸਾਂ ਦੀ ਬਿਲਕੁਲ ਪਰਸਨਲ ਗੱਲ ਕਰਸਾਂ ਤੁਸਾਂ ਆਪਣੇ ਸਾਰੇ ਬੱਚੇ ਆਪਣੇ ਫੀਲਡ ਵਿੱਚ ਆਉਂਦੇ ਨੇ ਅਲਹਮਦੁਲਿਲਾ ਜੀ ਕਿ ਬਸ ਅਸਾਂ ਕੋ ਖਾਨਦਾਨੀ ਤੌਰ ਦੇ ਉੱਤੇ ਮਤਲਬ ਇੱਕ ਉਹ ਹੁੰਦਾ ਨਾ ਜੀ ਜਿਹਨੂੰ ਮਸੇ ਸਾਰੀ ਸਰਾਫਾ ਬਰਾਦਰੀ ਬੈਠੀ ਦੀ ਹੈ ਜੀ ਜੀ ਇਹ ਜਾਂ ਇਹਨਾਂ ਲੋਕਾਂ ਆਪਣੇ ਬੱਚੇ ਸਰਾਫਾ ਬਰਾਦਰੀ ਵਿੱਚ ਲਾਏ ਜਿਸ ਤਰ੍ਹਾਂ ਹਰ ਇੱਕ ਆਦਮੀ ਆਪਣੇ ਸ਼ੋਭੇ ਵਿੱਚ ਖੁਸ਼ੀ ਹੁੰਦੀ ਹੈ ਕਿ ਯਾਰ ਮੇਰਾ ਬੱਚਾ ਮੇਰੇ ਸ਼ੋਭੇ ਮੇਰੇ ਕੋਲੋਂ ਜ਼ਿਆਦਾ ਨਾਂ ਪੈਦਾ ਕਰੇ ਇਸ ਤਰ੍ਹਾਂ ਮਾਂ ਆਪਣੇ ਅੰਦਰ ਇਹ ਖੁਸ਼ੀ ਹੈ ਕਿ ਮੈਂ ਅਲਹਮਦੁਲਿਲਾ ਕਿ ਮੇਰੇ ਬੱਚੇ ਮੇਰੇ ਕੋਲੋਂ ਜ਼ਿਆਦਾ ਅੱਛਾ ਕਾਰੋਬਾਰ ਕਰਦੇ ਨੇ ਔਰ ਅੱਛਾ ਮਤਲਬ ਤੇਬਾ ਸਮਝਦੇ ਨੇ ਔਰ ਅਲਹਮਦੁਲਿਲਾ ਮੈਂ ਨਸਲ ਨਸਲ ਹਕੀਮ ਹੋਣੇ ਦੇ ਬਾਵਜੂਦ ਵੀ ਇਹਨਾਂ ਅੱਛੇ ਕਾਲਜਾਂ ਵਿੱਚ ਤਿੱਬੀਆ ਕਾਲਜਾਂ ਵਿੱਚ ਪੜ੍ਹਾ ਕੇ ਇਹਨਾਂ ਮੈਂ ਅੱਗੇ ਆਉਂਦਾ ਕਿਹੜੀ ਬਿਮਾਰੀ ਦਾ ਇਲਾਜ ਤੁਸੀਂ ਕਰਦੇ ਹੋ ਅਸਲ ਵਿੱਚ ਮੈਂ ਸਿਰੇ ਭਾਰ ਟੱਠਾ ਤੇ ਚੀਂਕ ਨਿਕਲ ਗਈ ਹੈ ਗਿੱਚੀ ਵਿੱਚੋਂ ਮੇਰੀ ਚਣੀਕ ਨਿਕਲ ਗਈ ਟਹਿਣੇ ਕੋਲੋਂ ਪਿੱਛੇ ਮਾਂ ਖੰਘ ਲੱਗੀ ਹੋਈ ਹੈ ਨਾਲੇ ਨਿੱਕੀ ਨਿੱਕੀ ਮਾਂ ਠੰਡ ਲੱਗੀ ਹੋਈ ਹੈ ਤੇ ਘੜੀ ਘੜੀ ਗਿੱਟਿਆਂ ਤੇ ਸੋਤ ਪੈ ਜਾਂਦੀ ਏ ਕਿਉਂ ਮੇਰੀਆਂ ਟੰਗਾਂ ਤੇ ਮੌਤ ਪੈ ਜਾਂਦੀ ਏ ਤੇ ਮੋਟਾ ਕੋਚ ਖਾਨਾ ਤੇ ਛਾਲੇ ਚੜ ਜਾਂਦੇ ਨੇ ਜਿੰਜੂ ਪਣ ਵੀ ਗਏ ਤੇ ਛਾਲੇ ਚੜ ਜਾਂਦੇ ਨੇ ਇਹਦਾ ਸਾਰਿਆਂ ਦਾ ਨੁਕਸਾ ਮੇਰੇ ਕੋਲ ਹੈ ਜੀ ਤੁਸੀਂ ਬੜੇ ਬਣ ਕੇ ਆਓ ਤੇ ਨਿੱਕੇ ਨਿੱਕੇ ਹੋ ਕੇ ਜੁਲਦੇ ਰਹਿ ਸੋ ਸਾਡੇ ਕੋਲ ਮੈਂ ਜਿਹੜੀ ਮੀਟਿੰਗ ਦਾ ਫਾਇਦਾ ਉਠਾਉਂਦੇ ਹੋਏ ਇਹਨਾਂ ਨਿਸ਼ਾਨਦੇਹੀ ਕਰਨਾ ਕਿ ਸਾਡੇ ਬਾਜ਼ਾਰ ਵਿੱਚ ਉਹ ਇਹ ਬਿਜਲੀਆਂ ਦਾ ਤਾਰਾਂ ਇਹ ਟੈਲੀਫੋਨ ਦੀਆਂ ਤਾਰਾਂ ਇਹਨਾਂ ਦੇ ਗੁੰਝਲ ਉੱਤੋਂ ਤੁਸੀਂ ਜਦ ਗੁੱਡੀਆਂ ਉਡਾਉਂਦੇ ਨੇ ਕਈ ਹਾਥੇ ਉਹ ਜੁਲਦੇ ਨੇ ਇਹਨਾਂ ਸਾਰਿਆਂ ਦਾ ਮਸਲਾ ਵੀ ਇਸ ਡੇਡੀ ਵਾਲੇ ਕਦੀ ਹੱਲ ਕਰਾ ਸਕਣ ਮਹਿਕਮੇ ਵਾਲਿਆਂ ਕੋਲੋਂ ਤੇ ਕਿੱਦਾਂ ਅੱਛਾ ਹੋਵੇ ਇਸ ਲਈ ਕਿ ਇਹਨਾਂ ਲੋਕਾਂ ਦੀਆਂ ਤਾਰਾਂ ਹੋਵਣ ਇਹ ਵੀ ਇੱਕ ਇਲਾਜ ਹੈ ਅਸੀਂ ਅਗਰ ਹਕੀਮ ਲੋਕ ਮਰਦ ਆਦਮੀਆਂ ਦਾ ਇਲਾਜ ਕਰਦੇ ਤੇ ਉਹਨਾਂ ਇਲਾਜਾਂ ਵਿੱਚੋਂ ਇੱਕ ਇਲਾਜ ਇਹ ਵੀ ਹੈ ਕਿ ਸ਼ਹਿਰ ਦੀਆਂ ਗੁੰਝਲ ਜਿਹੜੇ ਨੇ ਇਹ ਲਹਿਦਾ ਕਰਕੇ ਕਿਸੇ ਜਾਈ ਤੇ ਸੌਂ ਠੀਕ ਹੈ ਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਸਾਰੀ ਟੀਮ ਦਾ ਬਹੁਤ ਸ਼ੁਕਰੀਆ ਅਦਾ ਕਰਸਾਂ ਜੀ ਔਰ ਮੈਂ ਕੋਸ਼ਿਸ਼ ਕਰਸਾਂ ਕਿ ਤੁਸਾਂ ਦੀ ਇਹ ਡੇੜੀਆਂ ਸੀ ਗ੍ਰਾਮਾਂ ਤੋਂ ਇਲਾਵਾ ਸ਼ਹਿਰ ਵਿੱਚ ਇਹਨਾਂ ਦੇ ਮੁਖਤਲਿਫ ਮਸਾਇਲ ਦੇ ਨਾਲ ਮੁਖਤਲਿਫ ਮਹੱਲਿਆਂ ਵਿੱਚ ਵੀ ਤੁਸਾਂ ਦੀ ਅਸੀਂ ਇਸ ਟੀਮ ਦਾਵਤ ਦੇਵਾਂ ਤਾਂ ਕਿ ਲੋਕਾਂ ਦੀ ਨਿਸ਼ਾਨਦੇਹੀ ਇਨਸ਼ਾਅੱਲਾ ਇਨਸ਼ਾਅੱਲਾ ਅਸਾਂ ਜੀ ਬੜੀ ਮਿਹਰਬਾਨੀ ਖਾਲਿਦ ਭਾਈ ਸਵਾਤੀ ਮਾਮਾ ਥੋੜ੍ਹੀ ਜਿਹੀ ਸ਼ਾਇਰੀ ਕਿਉਂਕਿ ਟਾਈਮ ਥੋੜ੍ਹਾ ਰਹਿ ਗਿਆ ਫਿਰ ਗਾਣਾ ਬਿਲਕੁਲ ਜੀ ਮੇਰੀ ਡੇਡੀ ਦੇ ਨਾਜ਼ਰੀਨ ਤੁਸਾਂ ਬੜੀ ਖੂਬਸੂਰਤ ਇੱਕ ਨਜ਼ਮ ਸੁਣਾਉਂਦੇ ਆ ਇਨਕੋ ਦੀ
ਗਹਿਰਾਏ ਵਿੱਚ ਇਹ ਜੇ ਲੋਕ ਰਹਿੰਦੇ ਹੈ, ਕੰਮ ਸ਼ਾਮ ਕੋਈ ਨਹੀਂ, ਕੁੰਜ ਕੁੰਜ ਬਹਿੰਦੇ ਹੈ, ਗਮੀ ਸ਼ਾਦੀ ਉੱਤੇ ਵੀ ਆਪ ਨਹੀਂ ਜਾਂਦੇ ਹੈ, ਹਰ ਪਾਸੇ ਆਪਣਾ ਉਹ ਬੰਦਾ ਭਿਜਵਾਉਂਦੇ। ਜੋ ਲੋ ਭੋਲਿਆ ਵਿਆਹ ਉੱਤੇ ਜਾ, ਦੇਗਾਂ ਪਕਵਾ ਨਾਲੇ ਰੋਟੀ ਵੀ ਖਾ, ਜੋ ਲੋ ਭੋਲਿਆ ਕਬਰਾਂ 'ਤੇ ਜਾ, ਬੰਦਿਆਂ ਮਿਲ ਕੇ ਹਾਜ਼ਰੀ ਲਵਾ। ਇੱਕ ਦਿਹਾੜੇ ਅੱਲਾ ਦਾ ਕਰਨਾ, ਆਪਣੀ ਮਾਂ ਮਰ ਗਈ ਨੇ, ਅੱਲਾ ਉਸ ਬਖਸ਼ੇ ਉਹ ਜਾ ਕਰ ਗਈ ਨੇ, ਫਟਾਫਟ ਸਾਡੇ ਦਾ ਆਓ ਗੁਲਾਬਿਆ, ਪੈਸੇ ਟੱਕੇ ਪਕੋੜ ਤੇ ਜਾਓ ਗੁਲਾਬਿਆ, ਸ਼ੇਖਾਂ ਦੀ ਹੱਟੀ ਤੋਂ ਕਫਨ ਸਵਾ, ਬਾਕੀ ਦਾ ਸਮਾਨ ਸਾਰਾ ਘਿਣ ਕੇ ਤੇ ਆ। ਉਤੋਂ ਹੀ ਪਖਦੀ ਦੁਪਹਿਰ ਚਲਾ ਗਿਆ ਏ, ਹੁਕਮ ਦਾ ਗੁੱਲਾ ਆ ਸ਼ਹਿਰ ਚਲਾ ਗਿਆ ਏ, ਜਾਂਦਿਆਂ ਹੀ ਪਹਿਲੇ ਉੱਤੇ ਕਫਨ ਸਵਾਇਆ, ਬਾਕੀ ਦਾ ਸਮਾਨ ਸਾਰਾ ਪੈਕ ਕਰਵਾਇਆ, ਹੁਣ ਬਸਾਂ ਉੱਤੇ ਬਹਿ ਕੇ ਗ੍ਰਾਂ ਆਣ ਲੱਥਾ, ਮੁੜ ਕਿਤੇ ਆਣਾ ਹੈ ਆਣ ਲੱਥਾ। ਲਹਿੰਦੇ ਮਹੱਲੇ ਦੇਖਦਾ ਮਹਾਰਾਜ ਪਿਆ ਆਉਂਦਾ ਹੈ, ਤੁਸੀਂ ਸ਼ਲਬਾ ਲਾਖਦੇ ਹੋ, ਲਹਿੰਦੇ ਮਹੱਲੇ ਦੇਖਦਾ ਮਹਾਰਾਜ ਪਿਆ ਆਉਂਦਾ ਹੈ, ਮੱਥੇ ਉੱਤੇ ਵਧਾਇਆ ਤਾਜ ਪਿਆ ਆਉਂਦਾ ਹੈ। ਉਸ ਕਿਸੇ ਆਖਿਆ ਪੰਜਾਬ ਭੇਜ ਜਾਂਦੇ ਹਾਂ, ਉੱਥੋਂ ਡੋਲੀ ਘਿਣੇ ਆ ਆਪ ਭੇਜ ਜਾਂਦੇ ਹਾਂ। ਉਸੇ ਸੋਚਿਆ ਉਹ ਘਰ ਮੈਂ ਜਾਸਾਂ, ਸਿਰੇ ਉੱਤੇ ਚਾਇਆ ਭਾਰ ਮੈਂ ਜਾਸਾਂ, ਜਾਂਦੇ ਹੀ ਉਹਨਾਂ ਮਾਂ ਜੰਜਾਂ ਨਾਲ ਭੇਜਣਾ, ਉਹਨਾਂ ਕਿਹੜਾ ਵਸਬਾ ਤੇ ਚੱਜਾਂ ਨਾਲ ਭੇਜਣਾ, ਬੇਚੋਰੇ ਮੈਂ ਜੰਜਾਂ ਨਾਲ ਪੰਜਾਬ ਚਲਾ ਜਾਵਾਂ, ਉਹਨਾਂ 'ਤੇ ਮੈਂ ਭੇਜਣਾ, ਮੈਂ ਆਪ ਚਲਾ ਜਾਵਾਂ। ਸਾਰਿਆਂ ਕੋਲੋਂ ਪਹਿਲੇ ਉੱਥੇ ਚੜ੍ਹ ਕੇ ਤੇ ਬਹਿ ਰਿਹਾ, ਕਫਨ ਖੋਲ ਕੇ ਦਾਇਆ ਲਾਹੌਰ ਜਾ ਕੇ ਲੈ ਰਿਹਾ। ਤਰੀਏ ਨਾਲੇ ਜਾਂਝ ਉੱਥੋਂ ਮੁੜ ਕੇ ਤੇ ਆਈਏ, ਭਲੀ ਸੋਹਣੀ ਘਰ ਵਾਲਾ ਰੋਟੀ ਖੁਲਾਈਏ, ਉੱਥੋਂ ਵਿਹਲਾ ਹੋ ਕੇ ਛੁਹਾਰੇ ਆਣ ਲੋੜੇ, ਜਾਣੇ ਕੋਲੋਂ ਪਹਿਲੇ ਉਜੜੀ ਜਾਈ ਛੋੜੇ, ਹੁਣ ਕੱਛਾਂ ਤਲੇ ਖਫਨ ਤੇ ਸਿਰੇ ਤੇ ਛੁਹਾਰੇ, ਤਰੀਏ ਦਾੜੇ ਜਾ ਬੜਾ ਖਾਨਾ ਦੇ ਚੁਬਾਰੇ। ਉਹਨਾਂ ਦੇਖਿਆ ਨਾ ਕਿ ਖੈਰੀ ਨਾਲ ਆਇਆ, ਉਹ ਜਣੇ ਦਿਆ ਪੁੱਤਰਾ, ਐ ਕੁੱਤਿਆਂ ਪਾਸਾਂ ਤੇਰਾ ਕਰ ਕੇ ਤੇ ਕੁੱਤਰਾ, ਉਹ ਮਾਂ ਸਾਡੀ ਮੋਈ ਹੋਈ ਘਰ ਧਰੀ ਰਹੀ ਏ, ਸਾਰੀ ਮਖਲੂਕ ਸਿਰੇ ਭਾਰ ਧਰੀ ਰਹੀ ਏ, ਅਤਰੋਂ ਦਾ ਗਿਆ ਹੋਇਆ ਅੱਜ ਆਣ ਬਣਿਆ, ਤੂੰ ਵੀ ਹੁਣ ਸਾਡੇ ਐਸੇ ਜੱਜ ਆਣ ਬਣੇ, ਅਤਰੋਂ ਦਾ ਗਿਆ ਹੋਇਆ ਆ ਜਾਣ ਬਣਿਆ ਵਾ, ਤੂੰ ਵੀ ਹੁਣ ਸਾਡੇ ਅਸੀਂ ਜਾ ਜਾਣ ਬਣੇ। ਅੱਗੋਂ ਬੜੇ ਮਜ਼ੇ ਨਾਲ ਆਤਾ, ਆਹ ਤੁਸਾਂ ਹੀ ਤੇ ਕਮੇ ਅਸੀਂ, ਮੈਂ ਗਿਆ ਰਿਹਾ ਜੰਜਾ ਨਾਲ, ਦੋ ਦਿਹਾੜੇ ਲੋਟ ਟਿਕਾ ਰਿਹਾ, ਤੇ ਮਾਂ 90 ਸਾਲ ਹੈਗੀ ਰਹੀ, ਦੋ ਦਿਹਾੜੇ ਹੋਰ ਸਹੀ, ਹਾਜ਼ਰੀ ਤੇ ਲਵਾਉਣੀ ਨਾ ਭਾਵੇਂ ਉਹ ਲਾਹੌਰ ਸਹੀ। ਸ਼ੁਕਰੀਆ ਸਵਾਤੀ ਮਾਮਾ, ਬੜੀ ਮਿਹਰਬਾਨੀ, ਜ਼ਬਰਦਸਤ ਸੀ, ਅੱਛਾ ਲਿਖਦੇ, ਹੁਣ ਮੈਂ ਤੁਸਾਂ ਦੀ ਕੇ ਤਾਰੀਫ ਕਰਾਂ। ਨਾਜ਼ਰੀਨ, ਸਾਡੀ ਜਿਹੜੀ ਸ਼ਹਿਰ ਦੀ ਡੇਡੀ ਜੀ ਅਬਟਾਬਾਦ ਸ਼ਹਿਰ ਦੀ ਡੇਡੀ ਹੈ, ਮੋਤੀ ਬਾਜ਼ਾਰ ਦੇ ਅਸੀਂ ਬਿਲਕੁਲ ਛੱਤਾਂ 'ਤੇ ਬੈਠੇ ਦੇ ਹਾਂ, ਅਤੇ ਇਸ ਡੇਡੀ ਦਾ ਪਹਿਲਾ ਹਿੱਸਾ ਮੁੱਕਿਆ, ਦੂਆ ਹਿੱਸਾ ਇਨਸ਼ਾਅੱਲਾ ਅਗਲੇ ਜੁਮੇ ਤੁਸਾਂ ਅਸੀਂ ਪੇਸ਼ ਕਰ ਸਾਂ। ਉਹ ਦੂਏ ਹਿੱਸੇ ਵਿੱਚ ਜਿਹੜੇ ਬਾਕੀ ਲੋਕ ਰਹਿ ਗਏ ਨੇ ਇੱਥੇ ਦੇ, ਉਹਨਾਂ ਨਾਲ ਸਾਡੀ ਗੱਲਬਾਤ ਜਾਰੀ ਰਹੀ ਸੀ। ਸਾਡੇ ਨਾਲ ਸ਼ਕੀਲ ਅਵਾਨ ਦੂਈ ਡੇਡੀ ਵਿੱਚ ਮੌਜੂਦ ਰਹੇ ਸਨ, ਇਹਨਾਂ ਕੋਲੋਂ ਗੀਤ ਮਾਈਏ ਤੁਸਾਂ ਸੁਣਾ ਸਾਂ ਅੱਜ ਦੀ ਡੇਡੀ ਵਿੱਚੋਂ। ਜਨਾਬ ਇਸ ਦੇ ਆਖਰ ਵਿੱਚ ਵੀ ਸ਼ਕੀਲ ਅਵਾਨ ਕੋਲ ਗੀਤ ਸੁਣ ਸਾਂ, ਮੈਂ ਆਪਣੀ ਸਾਰੀ ਟੀਮ ਨਾਲ ਤੁਸਾਂ ਕੋਲੋਂ ਚਾਹੁੰਦਾ ਇਜਾਜ਼ਤ, ਔਰ ਆਖਰ 'ਤੇ ਗੀਤ ਜ਼ਰੂਰ ਸੁਣਿਓ, ਅੱਲਾ ਸੋਹਣੇ ਦੇ ਹਵਾਲੇ। ਕਰ ਮੁਲਾਕਾਤਾਂ ਨਿੱਤ ਨਹੀਂ ਸਾਡਾ ਆਉਣੋਂ ਦਾ, ਤੇਰੇ ਪਿੱਛੇ ਆਏ ਆਵੇ ਸਾਡਾ ਇਸ ਸ਼ਹਿਰ ਚ ਕੋਣੋਂ ਦਾ, ਤੇਰੇ ਪਿੱਛੇ ਆਏ ਆਵੇ ਸਾਡਾ ਇਸ ਸ਼ਹਿਰ ਚ ਕੋਣੋਂ ਦਾ। ਕਰ ਮੁਲਾਕਾਤਾਂ ਨਿੱਤ ਨਹੀਂ ਸਾਡਾ ਆਉਣੋਂ ਦਾ, ਤੇਰੇ ਪਿੱਛੇ ਆਏ ਆਵੇ ਸਾਡਾ ਇਸ ਸ਼ਹਿਰ ਚ ਕੋਣੋਂ ਦਾ, ਪਿੱਛੇ ਆਏ ਆਵੇ ਸਾਡਾ ਇਸ ਸ਼ਹਿਰ ਚ ਕੋਣੋਂ ਦਾ।
ਤਾਂ ਤੇਰੀਆਂ ਕਰਦੇ ਪਏ ਆਂ, ਕਸਮ ਖੁਦਾ ਦੀ ਮਰਦੇ ਪਏ ਆਂ, ਮਿੰਨਤਾਂ ਤੇਰੀਆਂ ਕਰਦੇ ਪਏ ਆਂ, ਕਸਮ ਖੁਦਾ ਦੀ ਮਰਦੇ ਪਏ ਆਂ, ਕਸਮ ਖੁਦਾ ਦੀ ਮਰਦੇ ਪਏ ਆਂ, ਕਰ ਮੁਲਾਕਾਤਾਂ ਮਾਰ ਨਾ ਡੋਲਾ ਮੋਇਆਂ ਨੂੰ, ਅੰਦਰ ਬੁਲਾ ਲਵੇ ਬਾਹਰ ਖਲੋਤੇ ਹੋਇਆਂ ਨੂੰ, ਅੰਦਰ ਬੁਲਾ ਲਵੇ ਬਾਹਰ ਖਲੋਤੇ ਹੋਇਆਂ ਨੂੰ, ਕਰ ਮੁਲਾਕਾਤਾਂ ਨਿੱਤ ਨਹੀਂ ਸਾਡਾ ਆਉਣੋਂ ਦਾ, ਤੇਰੇ ਪਿੱਛੇ ਆਏ ਆ ਮੈਂ ਸਾਡਾ ਇਸ ਸ਼ਹਿਰ ਚ ਕੋਣੋਂ ਦਾ, ਪਿੱਛੇ ਆਏ ਆ ਮੈਂ ਸਾਡਾ ਇਸ ਸ਼ਹਿਰ ਚ ਕੋਣ ਆਉਂਦਾ, ਵਕਤ ਨਹੀਂ ਹੁੰਦਾ ਪਾਸ ਸਾਡਾ, ਕਰ ਅਹਿਸਾਸ ਸਾਡਾ, ਵਕਤ ਨਹੀਂ ਹੁੰਦਾ ਪਾਸ ਸਾਡਾ, ਕੁਝ ਤੇ ਕਰ ਅਹਿਸਾਸ ਸਾਡਾ, ਕੁਝ ਤੇ ਕਰ ਅਹਿਸਾਸ ਸਾਡਾ, ਕਰ ਮੁਲਾਕਾਤਾਂ ਯਾਦਾਂ ਸਾਡੀਆਂ ਰਹਿ ਜਾਵਣ, ਹੱਸ ਕੇ ਮਿਲ ਜਾਵੇ ਮਾਣ ਸਾਡੇ ਰਹਿ ਜਾਵਣ, ਹੱਸ ਕੇ ਮਿਲ ਜਾਵੇ ਮਾਣ ਸਾਡੇ ਰਹਿ ਜਾਵਣ, ਕਰ ਮੁਲਾਕਾਤਾਂ ਨਿੱਤ ਨਹੀਂ ਸਾਡਾ ਆਉਣੋਂ ਦਾ, ਤੇਰੇ ਪਿੱਛੇ ਆਏ ਆ ਮੈਂ ਸਾਡਾ ਇਸ ਸ਼ਹਿਰ ਚ ਕੋਣੋਂ ਦਾ, ਤੇਰੇ ਪਿੱਛੇ ਆਏ ਆ ਮੈਂ ਸਾਡਾ ਇਸ ਸ਼ਹਿਰ ਚ ਕੋਣੋਂ ਦਾ, ਬਸ ਤੈਨੂੰ ਸੋਹਣਿਆ ਮਿਲਣ ਦੀ ਖੁਆਇਸ਼, ਸਾਡੀ ਹੋਰ ਨਾ ਕੋਈ ਫਰਮੈਸ਼ੇ, ਬਸ ਤੈਨੂੰ ਸੋਹਣਿਆ ਮਿਲਣ ਦੀ ਖੁਆਇਸ਼ੇ, ਬਸ ਤੈਨੂੰ ਸੋਹਣਿਆ ਮਿਲਣ ਦੀ ਖੁਆਇਸ਼ੇ, ਕਰ ਮੁਲਾਕਾਤਾਂ ਸਾਫ ਜਵਾਬ ਨਾ ਦੇ ਮਾਇਆ, ਅਸਾਂ ਤੈਨੂੰ ਤੱਕਣਾ ਏ ਤੇਰੇ ਕੋਲੋਂ ਮੰਗਣਾ ਏ ਕੇ ਮਾਇਆ, ਅਸਾਂ ਤੈਨੂੰ ਤੱਕਣਾ ਏ ਤੇਰੇ ਕੋਲੋਂ ਮੰਗਣਾ ਏ ਕੇ ਮਾਇਆ, ਕਰ ਮੁਲਾਕਾਤਾਂ ਨਿੱਤ ਨਹੀਂ ਸਾਡਾ ਆਉਣੋਂ ਦਾ, ਤੇਰੇ ਪਿੱਛੇ ਆਏ ਆ ਮੈਂ ਸਾਡਾ ਇਸ ਸ਼ਹਿਰ ਚ ਕੋਣੋਂ ਦਾ, ਤੇਰੇ ਪਿੱਛੇ ਆਏ ਆ ਮੈਂ ਸਾਡਾ ਇਸ ਸ਼ਹਿਰ ਚ ਕੋਣੋਂ ਦਾ, ਤੇਰੇ ਪਿੱਛੇ ਆਏ ਆ ਮੈਂ ਸਾਡਾ ਇਸ ਸ਼ਹਿਰ